ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਦਾ ਜਿਹੜਾ ਸਾਡਾ ਵਿਸ਼ਾ ਹੈ, ਇਹ ਵਿਸ਼ਾ ਵੀ ਬਹੁਤ ਮਹੱਤਵਪੂਰਨ ਹੈ। ਪਰਮਾਤਮਾ ਦਾ ਸੰਕਲਪ ਜਾਂ ਨਿਰਗੁਣ ਸਰਗੁਣ ਦਾ ਸੰਕਲਪ, ਜਾਂ ਬੜੀ ਖੂਬਸੂਰਤ ਲਾਈਨ ਹੈ ਜਿਹਦੇ 'ਚ ਅਸੀਂ ਆਪਣੇ ਸਿਲੇਬਸ ਦੇ ਵਿੱਚ ਵੀ ਇਹ ਅਲੱਗ ਲਿਖਿਆ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਤੋ ਇਹ ਇਸ ਦੇ ਉੱਤੇ ਅਸੀਂ ਵਿਚਾਰ ਕਰਨੀ ਹੈ। ਔਰ ਜਿਸ ਦਿਨ ਤੋਂ ਮਨੁੱਖ ਨੇ ਇਸ ਧਰਤੀ 'ਤੇ ਜਨਮ ਲਿਆ ਉਸ ਦਿਨ ਤੋਂ ਹੀ ਪਰਮਾਤਮਾ ਦੀ ਹੋਂਦ ਜਾਂ ਅਣਹੋਂਦ ਦੀ ਚਰਚਾ ਆਮ ਤੌਰ 'ਤੇ ਮਨੁੱਖੀ ਦੇ ਦਾ ਜਿਹੜਾ ਵਿਸ਼ਾ ਮਨੁੱਖਤਾ ਦੇ ਵਿੱਚ ਜਾਂ ਸਮਾਜ ਦੇ ਵਿੱਚ ਬਣਿਆ ਹੋਇਆ। ਕੁਝ ਵਿਚਾਰਕ ਨੇ ਜਿਹੜੀ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦੇ ਨੇ, ਔਰ ਬੜੇ ਐਸੇ ਵਿਚਾਰਕ ਵੀ ਨੇ ਜਿਹੜੇ ਪਰਮਾਤਮਾ ਦੀ ਅਣਹੋਂਦ ਬਾਰੇ ਗੱਲ ਕਰਦੇ ਨੇ ਕਿ ਪਰਮਾਤਮਾ ਹੈ ਹੀ ਨਹੀਂ ਹੈ। ਅਤੇ ਜਿਹੜੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਈਸ਼ਵਰਵਾਦੀ, ਥੀਸਟ। ਅਤੇ ਜਿਹੜੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੇ ਉਹਨੂੰ ਕਹਿੰਦੇ ਨੇ ਐਥੀਸਟ। ਤਾਂ ਅਸੀਂ ਗੱਲ ਜਿਹੜੀ ਕਰਨੀ ਹੈ ਪਰਮਾਤਮਾ ਦੀ ਹੋਂਦ ਦੀ ਗੱਲ ਕਰਨੀ ਹੈ, ਔਰ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦਾ। ਗੁਰੂ ਨਾਨਕ ਦੇ ਆਗਮਨ ਤੋਂ ਪਹਿਲਾਂ ਪਰਮਾਤਮਾ ਬਾਰੇ ਅਲੱਗ ਅਲੱਗ ਵਿਚਾਰ ਸਨ, ਵੱਖਰੇ ਵੱਖਰੇ ਖਿਆਲ ਪ੍ਰਚਲਿਤ ਸਨ। ਇੱਕ ਪਾਸੇ ਉਹ ਵਿਦਵਾਨ ਸਨ ਜਾਂ ਵਿਚਾਰਵਾਨ ਸਨ ਜਿਨ੍ਹਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਇੱਕ ਵੱਖਰੀ ਹਸਤੀ ਹੈ, ਕਿੱਥੇ ਸੱਤ ਅਸਮਾਨ ਦੂਰ ਬੈਠੀ ਹੈ, ਸ੍ਰਿਸ਼ਟੀ ਤੋਂ ਲਾਂਭੇ ਹੋ ਕੇ, ਇਸ ਲਈ ਜਿਹੜੀ ਹੈ ਉਹ ਸ੍ਰਿਸ਼ਟੀ ਨੂੰ ਉਹ ਚਲਾ ਰਿਹਾ। ਅਤੇ ਇਸ ਲਈ ਉਹ ਕਹਿੰਦੇ ਕਿ ਪਰਮਾਤਮਾ ਬਿਲਕੁਲ ਅਲੱਗ ਬੈਠਾ ਹੈ। ਅਤੇ ਉਹ ਵਿਚਾਰ ਕੇ ਸਮਝਦੇ ਸੀ ਕਿ ਜਿਹੜੀ ਸ੍ਰਿਸ਼ਟੀ ਹੈ, ਇਹ ਜਗਤ ਹੈ, ਇਹ ਮਿੱਥਿਆ ਹੈ, ਔਰ ਯੋਗੀਆਂ ਦੇ ਵਿੱਚ ਇਸ ਨੂੰ ਜ਼ਹਿਰ ਤੱਕ ਕਿਹਾ ਗਿਆ, ਜਿਹਨੂੰ ਵਿਸ਼ਵ ਨਾਂ ਵਿਸ਼ ਤੋਂ ਪਿਆ। ਉਹਨਾਂ ਨੇ ਇਸ ਨੂੰ ਕਿਹਾ ਕਿ ਇਹ ਜ਼ਹਿਰ ਹੈ, ਵਿਸ਼ ਹੈ, ਅਤੇ ਇਸ ਨੂੰ ਦਾ ਨਾਮ ਇਹ ਮਾਇਆ ਹੈ, ਇਹ ਭਰਮ ਹੈ। ਦੂਸਰੇ ਪਾਸੇ ਲੋਕਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਇੱਕ ਆਜ਼ਾਦ ਹਸਤੀ ਹੈ, ਮਨਮਾਨੀ ਕਰਨ ਵਾਲਾ ਹਾਕਮ ਹੈ, ਔਰ ਉਹ ਦੇਵੀ ਦੇਵਤਿਆਂ ਰਾਹੀਂ ਇਸ ਸੰਸਾਰ ਨੂੰ ਚਲਾ ਰਿਹਾ ਹੈ। ਦਰਅਸਲ ਵੱਖ ਵੱਖ ਧਰਮਾਂ ਦੇ ਵਿੱਚ, ਮਜ਼ਹਬਾਂ ਦੇ ਵਿੱਚ ਜੋ ਇੱਕ ਪਰਮਾਤਮਾ ਨੂੰ ਮੰਨਦੇ ਹਨ, ਉਹਨਾਂ ਦੇ ਹਿਸਾਬ ਨਾਲ ਪਰਮਾਤਮਾ ਦੇ ਦੋ ਸਰੂਪ ਦੱਸੇ ਗਏ ਨੇ। ਇਹਨਾਂ ਵਿੱਚ ਬੜੇ ਮਜ਼ਹਬ ਐਸੇ ਨੇ ਜਿਹੜੇ ਮੰਨਦੇ ਨੇ ਕਿ ਪਰਮਾਤਮਾ ਨਿਰਗੁਣ ਹੈ, ਅਗਮ ਹੈ, ਅਗੋਚਰ ਹੈ। ਪਰਮਾਤਮਾ ਆਪਣੇ ਸੰਬੰਧ ਵਿੱਚ ਆਪ ਹੈ, ਸਰਵ ਸ਼ਕਤੀਮਾਨ ਹੈ, ਉਸ ਵਰਗਾ ਕੋਈ ਨਹੀਂ ਹੋ ਸਕਦਾ, ਇਸ ਲਈ ਪਰਮਾਤਮਾ ਨਿਰਗੁਣ ਹੈ। ਲੇਕਿਨ ਪਰਮਾਤਮਾ ਨੂੰ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਕਲਪ ਹੈ, ਗੁਰੂ ਨਾਨਕ ਸਾਹਿਬ ਦੀ ਜਿਹੜੀ ਸੋਚ, ਪਹਿਲੀ ਗੱਲ ਤਾਂ ਹੈ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦੀ ਹਸਤੀ ਨੂੰ ਕਿਵੇਂ ਵੇਖਿਆ ਗੁਰੂ ਨਾਨਕ ਸਾਹਿਬ ਨੇ। ਤਾਂ ਸਭ ਤੋਂ ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਹਸਤੀ ਦਲੀਲਾਂ ਅਤੇ ਸਬੂਤਾਂ 'ਤੇ ਮੁਥਾਜ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਇਹ ਸੋਚ ਸੀ। ਤਾਂ ਗੁਰੂ ਨਾਨਕ ਸਾਹਿਬ ਦੀ ਸਾਰੀ ਵਿਚਾਰਧਾਰਾ, ਜਾਂ ਮੈਂ ਕਹਿ ਲਵਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਵਿਚਾਰਧਾਰਾ ਜੋ ਹੈ ਇਹ ਹੈ ਕਿ ਪਰਮਾਤਮਾ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਇੱਕੋ ਇੱਕ ਸ਼ਕਤੀ ਹੈ। ਇਹ ਦ੍ਰਿਸ਼ਟਮਾਨ ਜਗਤ ਨੂੰ ਕੋਈ ਅਦ੍ਰਿਸ਼ ਸ਼ਕਤੀ ਚਲਾ ਰਹੀ ਹੈ। ਇਹ ਸੂਰਜ, ਇਹ ਚੰਦ, ਇਹ ਬਨਸਪਤੀ, ਇਹ ਹਰ ਰਾਤ, ਇਹ ਦਿਨ, ਇਹ ਹਵਾ, ਇਹ ਸਭ ਦੇ ਸਭ ਪਰਮਾਤਮਾ ਦੀ ਲਾਈਵ ਫੋਰਮ ਨੇ। ਇੱਕ ਡਿਸਿਪਲਨ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ, ਔਰ ਇਹ ਡਿਸਿਪਲਨ ਕਾਇਮ ਕੌਣ ਕਰ ਰਿਹਾ? ਉਹ ਪਰਮਾਤਮਾ। ਇੱਕ ਮਰਿਆਦਾ ਦੇ ਵਿੱਚ ਪਾਬੰਦ ਹੈ ਇਹ ਸਾਰੀਆਂ ਚੀਜ਼ਾਂ। ਇਹ ਸਭ ਕੁਝ ਇੱਕ ਅਨੁਸ਼ਾਸਨ ਦੇ ਰਾਹੀਂ, ਕੁਦਰਤ ਵਿੱਚ ਦੇਖੋ ਕੋਈ ਗੁੰਝਲਾ ਨਹੀਂ, ਹਰ ਚੀਜ਼ ਆਪਣੇ ਡਿਸਿਪਲਨ ਵਿੱਚ, ਆਪਣੇ ਟਾਈਮ ਦੇ ਵਿੱਚ ਚੱਲ ਰਿਹਾ, ਕੋਈ ਅੜਚਨ ਨਹੀਂ, ਕੁਛ ਨਹੀਂ ਹੈ। ਕੋਈ ਅਦ੍ਰਿਸ਼ ਅਗਰ ਜਿਹੜੀ ਹੈ ਸ਼ਕਤੀ ਚਲਾ ਰਹੀ ਹੈ। ਇਸ ਲਈ ਗੁਰੂ ਨਾਨਕ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ ਮਤਲਬ ਦਾ ਮੰਨਣਾ ਹੈ ਕਿ ਪਰਮਾਤਮਾ ਅਗਮ ਅਤੇ ਅਗੋਚਰ ਹੈ। ਫਿਰ ਉਹ ਕਹਿੰਦੇ ਨੇ ਨਾਲ ਇਹ ਗੱਲ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਜੋ ਸੋਈ ਜਾਣੇ, ਆਪੇ ਜਾਣੇ ਸੋਈ। ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਸਰੂਪ ਦਾ ਦੂਸਰਾ ਪੱਖ ਵੀ ਇਹ ਕਹਿ ਰਹੇ ਨੇ, ਜਿਹੜਾ ਕਿ ਉਹ ਸਰਗੁਣ ਹੈ, ਕਿ ਜ ਪਰਮਾਤਮਾ ਘੱਟ ਘੱਟ ਵਿੱਚ ਵੱਸ ਰਿਹਾ। ਜਿਹੜੀ ਗੱਲ ਹੈ ਨਾ ਕਿ ਘਰ ਘਰ ਧਰਮਸਾਲ, ਇਹ ਘਰ ਕੋਈ ਪਲੇਸ ਨਹੀਂ ਹੈ। ਗੁਰੂ ਸਾਹਿਬ ਸਾਨੂੰ ਇਹ ਘਰ ਬਾਡੀ ਨਹੀਂ ਕਹਿ ਰਹੇ ਨੇ ਕਿ ਹਰ ਬਾਡੀ ਦੇ ਵਿੱਚ ਧਰਮ ਦੀ ਗੱਲ ਹੋਣੀ ਚਾਹੀਦੀ ਹੈ। ਸਿਰਫ ਗੱਲ ਸਿਰਫ ਉਹੀ ਜਿਹੜੀ ਉਹ ਮੈਂ ਪਹਿਲੇ ਲੈਕਚਰ ਵਿੱਚ ਹੀ, ਪਹਿਲੇ ਵਿਸ਼ੇ ਵਿੱਚ ਹੀ ਸਾਡੀ ਸੀ। ਤੋ ਪਰਮਾਤਮਾ
ਜਦ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਸੀ ਆਈ, ਪਰਮਾਤਮਾ ਨਿਰਗੁਣ ਸੀ। ਪਰ ਜਦੋਂ ਪਰਮਾਤਮਾ ਦੀ ਸ੍ਰਿਸ਼ਟੀ ਦੀ ਰਚਨਾ ਰਚ ਕੇ ਪਰਮਾਤਮਾ ਨੇ ਆਪਣਾ ਪ੍ਰਕਾਸ਼ ਆਪ ਇਹਦੇ ਵਿੱਚ ਕਰਤਾ, ਕਹਿੰਦੇ ਨਾ ਕਿ ਕ੍ਰੀਏਟਿਡ ਕ੍ਰੀਏਟਰ ਹੈਜ਼ ਕ੍ਰੀਏਟਿਡ ਦਿਸ ਕ੍ਰੀਏਸ਼ਨ ਆਊਟ ਆਫ ਹਿਮਸੈਲਫ ਫਾਰ ਹਿਮਸੈਲਫ। ਤੋ ਉਹ ਜਿਹੜਾ ਉਹ ਸਰਗਨ ਸਰੂਪ ਹੋ ਗਿਆ ਜਿਹੜਾ ਪ੍ਰਕਾਸ਼ ਕਰਤਾ ਇਸ ਸੰਸਾਰ। ਤੋ ਨਿਰਗੁਣ ਸਰੂਪ ਨੂੰ ਅਸੀਂ ਨਹੀਂ ਦੇਖ ਸਕਦੇ, ਉਸ ਨਾਲ ਕੋਈ ਸੰਬੰਧ ਨਹੀਂ ਬਣ ਸਕਦਾ, ਪਰ ਪਰਮਾਤਮਾ ਦਾ ਸੰਬੰਧ ਅਮਲੀ ਤੌਰ 'ਤੇ ਸਰਗੁਣ ਸਰੂਪ ਜਿਹੜਾ ਪਰਮਾਤਮਾ ਦਾ, ਉਹ ਸਾਰੀ ਇਹ ਸ੍ਰਿਸ਼ਟੀ, ਸਾਰੀ ਕੁਦਰਤ, ਸਾਰੀ ਇਹ ਯੂਨੀਵਰਸ ਹੈ। ਤੋ ਜਦੋਂ ਅਸੀਂ ਪਰਮਾਤਮਾ ਬਾਰੇ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਕਹਿੰਦੇ ਹਾਂ ਵਟ ਇਜ਼ ਗੋਡ, ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਸ਼ੁਰੂਆਤ ਹੀ ਪਰਮਾਤਮਾ ਦੀ ਜਿਹੜੀ ਹੈ ਉਹ ਡੈਫੀਨੇਸ਼ਨ ਹੈ, ਸਤਨਾਮ ਕਰਤਾ ਪੁਰਖ ਨਿਰਭਉ, ਜਿਹੜਾ ਪੂਰਾ ਮੂਲ ਮੰਤਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ 'ਚੋਂ ਪਰਿਭਾਸ਼ਾ ਪਰਮਾਤਮਾ ਦੀ ਦਿੱਤੀ ਹੋਈ ਹੈ। ਤੋ ਗੁਰੂ ਨਾਨਕ ਸਾਹਿਬ ਨੇ ਇੱਕ ਬੜੇ ਵੱਡੇ ਵਿਦਵਾਨ ਨੇ ਇੱਕ ਇਹ ਗੱਲ ਕਹੀ ਸੀ, ਮੈਨੂੰ ਬੜੀ ਚੰਗੀ ਲੱਗੀ, ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਪਰਮਾਤਮਾ ਜਿਹੜੀ ਬਹੁਤੇ ਲੋਕ ਸੋਚਦੇ ਸੀ ਕਿ ਕੋਈ ਸੱਤ ਅਸਮਾਨਾਂ ਤੋਂ ਉੱਤਰ, ਡਾਕਟਰ ਜਸਪਾਲ ਸਿੰਘ ਵੀ ਕੱਲ੍ਹ ਗੱਲ ਕਰ ਰਹੇ ਸੀ। ਤੋ ਵਿਦਵਾਨ ਕਹਿੰਦਾ ਕਿ ਪਰ ਗੁਰੂ ਨਾਨਕ ਸਾਹਿਬ ਨੇ ਉਸ ਪਰਮਾਤਮਾ ਨੂੰ ਸੱਤ ਅਸਮਾਨਾਂ ਵਿੱਚੋਂ ਕੱਢ ਕੇ ਧਰਤੀ 'ਤੇ ਲੈ ਆਉਂਦਾ। ਤਾਂ ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਰਮਾਤਮਾ ਬਾਰੇ ਨਿਰਗੁਣ ਸਰਗੁਣ, ਕਿ ਗੁਰੂ ਨਾਨਕ ਸਾਹਿਬ ਦਾ ਮੰਨਣਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਮੰਨਣਾ ਹੈ ਕਿ ਪਰਮਾਤਮਾ ਨਿਰਗੁਣ ਵੀ ਹੈ, ਪਰਮਾਤਮਾ ਸਰਗੁਣ ਵੀ ਹੈ। ਤੋ ਇਸ ਬਾਰੇ ਅੱਜ ਸਾਡਾ ਜਿਹੜਾ ਇਹ ਵਿਸ਼ਾ ਹੈ ਕਿ ਦੇਖੋ ਨਾ, ਇਸ ਲਾਈਨ ਦੇ ਵਿੱਚ ਨਿਰਗੁਣ ਸਰਗੁਣ ਦੋਨੋਂ ਸਰੂਪ ਆ ਗਏ, ਕਿ ਅਗਮ ਗੋਚਰ ਰੂਪ ਨਾ ਦੇਖਿਆ ਨਿਰਗੁਣ, ਫਿਰ ਖੋਜਤ ਖੋਜਤ ਘੱਟ ਘੱਟ ਦੇਖਿਆ, ਫਿਰ ਹਰ ਸਰੀਰ ਵਿੱਚ, ਹਰ ਬਾਡੀ ਵਿੱਚ, ਹਰ ਪੱਤੇ ਵਿੱਚ, ਹਰ ਜ਼ਰੇ ਵਿੱਚ ਪਰਮਾਤਮਾ ਨੂੰ ਵੇਖ ਲਿਆ ਜਦੋਂ ਉਹਨੂੰ ਖੋਜ ਲਿਆ, ਇਹ ਸਰਗਨ ਸਰੂਪ। ਤੋ ਸਾਡੇ ਵਿੱਚ ਸਾਰ ਪ੍ਰਕਾਸ਼ ਸਿੰਘ ਜੀ ਨੇ ਮਿਸ਼ਨਰੀ ਨੇ, ਲਗਭਗ ਅੱਧਾ ਵਰਲਡ ਘੁੰਮ ਚੁੱਕੇ ਨੇ, ਬਾਹਰ ਬੜੀਆਂ ਥਾਵਾਂ 'ਤੇ ਜਾ ਕੇ ਬੜੀ ਇਹਨਾਂ ਨੂੰ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਦਾ ਬੜਾ ਅਧਿਐਨ ਕੀਤਾ ਇਹਨਾਂ ਨੇ, ਬੜੀ ਇਹਨਾਂ ਨੂੰ ਸਮਝ ਹੈ। ਗੁਰਦੁਆਰੇ ਵਿੱਚ ਕਿਸੇ ਟਾਈਮ ਕਥਾਕਾਰ ਸੀ, ਗੁਰਮਤਿ ਕਾਲਜ ਨਾਲ ਜੁੜੇ। ਤੋ ਮੇਰੀ ਇਹਨਾਂ ਨੂੰ ਇਹ ਬੇਨਤੀ ਹੋਈ ਅੱਜ ਤੋਂ 5-6 ਸਾਲ ਪਹਿਲੇ ਕਿ ਅੱਜ ਬੜੀ ਜ਼ਰੂਰਤ ਹੈ ਕਿ ਇਸ ਗੁਰਬਾਣੀ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲੋਸਫੀ ਹੈ, ਮੈਸੇਜ ਹੈ, ਇਹਨੂੰ ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਥੋੜ੍ਹਾ ਬਾਹਰ ਵੀ ਕੱਢੀਏ। ਤਾਂ ਇਹਨਾਂ ਨੇ ਉਸ 'ਤੇ ਕਾਫੀ ਫਿਰ ਬਾਅਦ 'ਚ ਮਿਹਨਤ ਕੀਤੀ ਔਰ ਹੁਣ ਇਹ ਜਗ੍ਹਾ ਜਗ੍ਹਾ 'ਤੇ ਇਸ ਸਾਡੇ ਜਿਵੇਂ ਸਾਡੇ ਪਲੇਟਫਾਰਮ ਨੇ ਉੱਥੇ ਜਾ ਕੇ ਇਸ ਤਰ੍ਹਾਂ ਦੇ ਗੁਰਬਾਣੀ ਦੇ ਆਧਾਰਿਤ ਇਹ ਵਿਸ਼ੇ 'ਤੇ ਕੰਮ ਆਪਣੇ ਲੈਕਚਰ ਦਿੰਦੇ ਨੇ। ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਸਰ ਪ੍ਰਕਾਸ਼ ਸਿੰਘ ਜੀ ਨੂੰ ਕਿ ਅੱਜ ਦਾ ਇਹ ਲੈਕਚਰ ਅਗਮ ਅਗੋਚਰ ਰੂਪ ਨਾ ਰੋਕਿਆ ਖੋਜਤ ਖੋਜਤ ਘੱਟ ਘੱਟ ਦੇਖਿਆ ਅਤੇ ਆਪ ਜੀ ਨਾਲ ਵਿਚਾਰ ਕਰ। ਚੇਅਰਮੈਨ ਸਰ ਭਾਵਨਾ ਮਲਿਕ ਜੀ ਅਤੇ ਆਪ ਜਿੰਨੇ ਵੀ ਇਸ ਕਲਾਸ ਦੇ ਵਿੱਚ ਹਾਜ਼ਰ ਬੈਠੇ ਹੋ, ਸਾਰੇ ਹੀ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਇਸ ਸੈਸ਼ਨ ਦਾ ਜੋ ਇਹ ਟੋਪਿਕ ਹੈ, ਜੋ ਵਿਸ਼ਾ ਹੈ ਨਿਰਗੁਣ ਅਤੇ ਸਰਗੁਣ ਦਾ, ਬੜੀ ਖੂਬਸੂਰਤ ਗੁਰਬਾਣੀ ਦੀ ਲਾਈਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 838 ਉੱਪਰ ਸੁਸ਼ੋਭਿਤ ਹੈ, ਜਿਸ ਨੂੰ ਆਧਾਰ ਬਣਾ ਕੇ ਇਹ ਅੱਜ ਦਾ ਵਿਸ਼ਾ ਏਕਮ ਸ਼ੁਰੂ ਹੁੰਦਾ ਹੈ। ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗੰਮ ਅਗੋਚਰ ਰੂਪ ਨਾ ਦੇਖਿਆ ਖੋਜਤ ਖੋਜਤ ਘੱਟ ਘੱਟ ਦੇਖਿਆ। ਨਿਰਗੁਣ ਅਤੇ ਸਰਗੁਣ ਦਾ ਜੋ ਗੁਰਬਾਣੀ ਦੇ ਵਿੱਚ ਸੰਕਲਪ ਹੈ ਕਿ ਪਰਮਾਤਮਾ ਦੇ ਦੋ ਰੂਪ ਹਨ, ਜਿਵੇਂ ਸਰ ਨੇ ਆਪ ਜੀ ਨੂੰ ਦੱਸਿਆ ਹੈ ਕਿ ਦੋ ਤਰ੍ਹਾਂ ਦੇ ਲੋਕ ਨੇ, ਇੱਕ ਉਹ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ, ਇੱਕ ਉਹ ਨੇ ਜਿਨ੍ਹਾਂ ਦੀ ਆਸਥਾ ਹੈ, ਜਿਨ੍ਹਾਂ ਦਾ ਵਿਸ਼ਵਾਸ ਹੈ ਪਰਮਾਤਮਾ ਦੇ ਵਿੱਚ। ਅਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ, ਉਹ ਤਾਂ ਹੈ ਹੀ ਰੱਬ ਦੇ ਆਧਾਰਿਤ ਹੈ, ਹੈ ਹੀ ਪਰਮਾਤਮਾ ਦੇ ਆਧਾਰਿਤ ਹੈ, ਹੈ ਹੀ ਧਰਮ ਦੇ ਆਧਾਰਿਤ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਜੀ ਦੀ, ਪਰਮਾਤਮਾ ਦੀ, ਪਰਮੇਸ਼ਰ ਦੀ ਡੈਫੀਨੇਸ਼ਨ ਪਰਿਭਾਸ਼ਾ ਜਿਵੇਂ ਸਰ ਨੇ ਆਪ ਜੀ ਨੂੰ ਦੱਸਿਆ, ਮੂਲ ਮੰਤਰ ਦੇ ਵਿੱਚ ਦੇ ਦਿੱਤੀ ਹੈ ਕਿ ਪਰਮਾਤਮਾ ਹੈ ਕੀ, ਕਿਹੋ ਜਿਹਾ ਹੈ, ਉਹ ਕਿਹੜੇ ਗੁਣ ਹਨ ਰੱਬ ਦੇ ਅੰਦਰ। ਅਤੇ ਇਹ ਗੁਣ ਜਿਹੜੇ ਨੇ ਉਹਨਾਂ ਨੂੰ ਗਾਉਂਦਿਆਂ ਗਾਉਂਦਿਆਂ ਅਸੀਂ ਆਪਣੇ ਜੀਵਨ ਅੰਦਰ ਉਹ ਗੁਣ ਲੈ ਆਈਏ, ਕਿਉਂਕਿ ਗੁਰਬਾਣੀ
ਕੇਵਲ ਰੱਬ ਦੀ ਗੱਲ ਨਹੀਂ ਕਰਦੀ। ਸਤਿਗੁਰੂ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ, ਰੱਬ ਦੇ ਗੁਣਾਂ ਦੀ ਗੱਲ ਕਰਦਿਆਂ ਕਰਦਿਆਂ ਅਸੀਂ ਰੱਬ ਵਰਗੇ ਬਣ ਜਾਈਏ, ਉਹਦੇ ਵਰਗੇ ਬਣ ਜਾਈਏ। ਤਾਂ ਸਤਿਗੁਰੂ ਜੀ ਨੇ ਜਿਹੜੀ ਨਿਰਗੁਣ ਅਤੇ ਸਰਗੁਣ ਦੀ ਗੱਲ ਬਾਣੀ ਵਿੱਚ ਕੀਤੀ, ਦਾਸ ਯਤਨ ਕਰੇਗਾ ਬਾਣੀ ਵਿੱਚੋਂ ਹੀ ਕੁਝ ਉਦਾਹਰਣਾਂ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂ। ਜਿਵੇਂ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਨਿਰਗੁਣ ਆਪ ਸਰਗੁਣ ਵੀ ਇਹ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਕਹਿਣ ਲੱਗੇ ਨਿਰਗੁਣ ਵੀ ਉਹੀ ਹੈ ਅਤੇ ਸਰਗੁਣ ਵੀ ਉਹੀ ਹੈ, ਉਹਦੇ ਤੋਂ ਬਿਨਾਂ ਕੁਝ ਹੈ ਹੀ ਨਹੀਂ। ਜਿਵੇਂ ਸੁਖਮਨੀ ਵਿੱਚ ਆਖਿਆ ਸਗਲ ਸਮੱਗਰੀ ਜਾਕਾ ਤਣਾ, ਤਣਾ ਦਾ ਅਰਥ ਹੈ ਤਨ, ਸਰੀਰ, ਸਮੱਗਰੀ ਜੋ ਸਾਨੂੰ ਨਜ਼ਰ ਆ ਰਿਹਾ ਹੈ, ਜਿੰਨਾ ਵੀ ਸਾਨੂੰ ਮਟੀਰੀਅਲ ਨਜ਼ਰ ਆ ਰਿਹਾ, ਜੋ ਕੁਝ ਹੈ, ਭਾਵੇਂ ਉਹ ਸਰੀਰ ਹੈ, ਭਾਵੇਂ ਪਸ਼ੂ ਪੰਛੀ ਹਨ, ਭਾਵੇਂ ਬਨਸਪਤੀ ਹੈ, ਸਮੁੱਚਾ ਜੋ ਵੀ ਇਹ ਯੂਨੀਵਰਸ ਹੈ, ਸਤਿਗੁਰੂ ਕਹਿੰਦੇ ਨੇ ਤਾਂ ਰੱਬ ਦਾ ਸਰੀਰ ਹੈ, ਪਰਮਾਤਮਾ ਤੋਂ ਬਣਿਆ ਹੈ। ਜਿਵੇਂ ਸਰ ਹੁਣੇ ਇੱਕ ਪੰਕਤੀ ਬੜੀ ਖੂਬਸੂਰਤ ਤੁਹਾਡੇ ਸਾਹਮਣੇ ਰੱਖ ਰਹੇ ਸਨ ਪਹਿਲੇ ਲੈਕਚਰ ਵਿੱਚ ਕਿ ਸਾਚੇ 'ਤੇ ਪਮਣਾ ਪਾਇਆ, ਪਮਣੇ 'ਤੇ ਜਲ ਹੋਏ, ਉਹ ਕਿੱਥੋਂ ਪੈਦਾ ਹੋਇਆ, ਸਾਚੇ ਤੋਂ। ਤਾਂ ਉਹ ਸਾਚੇ ਤੋਂ ਭਾਵ ਹੈ ਉਹ ਸੱਚਾ, ਜਿਹਨੂੰ ਸਤਨਾਮ ਕਿਹਾ ਹੈ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ। ਤਾਂ ਹੁਣ ਸਰਗੁਣ ਅਤੇ ਨਿਰਗੁਣ ਕੀ ਹੈ? ਨਿਰਗੁਣ ਕੀ ਹੈ? ਪਹਿਲਾਂ ਨਿਰਗੁਣ ਹੈ, ਬਾਅਦ ਵਿੱਚ ਸਰਗੁਣ ਹੈ। ਨਿਰਗੁਣ ਪਹਿਲਾਂ ਹੈ। ਜਿਹੜਾ ਨਿਰਗੁਣ ਸਰੂਪ ਹੈ ਉਹ ਹੈ ਕਿ ਜਿੱਥੇ ਕੁਛ ਵੀ ਨਹੀਂ ਹੈ, ਕੁਝ ਨਜ਼ਰ ਨਹੀਂ ਆ ਰਿਹਾ। ਜਿਵੇਂ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਅਰਬਦ ਨਰਬਦ ਧੁੰਦੂਕਾਰਾ, ਅਰਬਦ ਗਿਣਤੀ ਦਾ ਸ਼ਬਦ ਹੈ, ਅਰਬਾਂ, ਨਰਬਰ ਤਾਂ ਭਾਵੇ ਕਿ ਗਿਣਤੀ ਨਾ ਕੀਤੀ ਜਾ ਸਕੇ, ਭਾਵੇਂ ਕਿ ਕਹਿ ਦਿੱਤਾ ਗਿਆ ਵੀ 36 ਯੁੱਗ ਪੁਰਾਤਨ ਗ੍ਰੰਥਕਾਰਾਂ ਨੇ, ਅਤੇ ਉਹ ਪ੍ਰਚਲਿਤ ਜ਼ਿਕਰ ਬਾਣੀ ਵਿੱਚ ਵੀ ਗੁਰੂ ਨੇ ਕਰ ਦਿੱਤਾ, ਪ੍ਰਚਲਿਤ ਗੱਲਾਂ ਦਾ ਬਹੁਤ ਵਾਰੀ ਜ਼ਿਕਰ ਆਇਆ, ਪਰ ਉਹਦੇ 'ਤੇ ਮੋਹਰ ਨਹੀਂ ਲਾਈ। ਕਿ ਗੁਰੂ ਕਹਿੰਦਾ ਹੈ ਵੀ ਜੇ ਮੰਨ ਲਵਾਂ 36 ਯੁੱਗ, ਇਹਦਾ ਮਤਲਬ ਅਸੀਂ ਤਿਅੰਤ ਪਾ ਲਿਆ ਨਾ ਵੀ 36 ਯੁੱਗ ਹੀ ਧੁੰਦੂਕਾਰ ਸੀ, 36 ਯੁੱਗ ਹੀ ਭਾਵ ਧੁੰਦ ਹੀ ਧੁੰਦ ਸੀ, ਕੁਛ ਹੈ ਹੀ ਨਹੀਂ ਸੀ, ਨਾ ਸੂਰਜ ਸੀ, ਨਾ ਚੰਦਰਮਾ ਸੀ, ਕੁਛ ਵੀ ਨਹੀਂ ਸੀ, ਬ੍ਰਹਿਮੰਡ ਹੈ ਹੀ ਨਹੀਂ ਸੀ ਉਦੋਂ। ਸਾਨੂੰ ਕਿੱਦਾਂ ਪਤਾ ਲੱਗ ਗਿਆ ਵੀ 36 ਯੁੱਗ ਸੀ? ਗੁਰੂ ਸਾਹਿਬ ਕਹਿੰਦੇ ਵੀ ਇਹ ਪ੍ਰਚਲਿਤ ਗੱਲਾਂ ਨੇ, ਲੋਕ ਇਹ ਗੱਲ ਮੰਨਦੇ ਨੇ, ਪਰ ਮੈਂ ਨਹੀਂ ਕਹਿੰਦਾ ਇਸ ਗੱਲ ਨੂੰ, ਮੈਂ ਇਹਦੇ 'ਤੇ ਮੋਹਰ ਨਹੀਂ ਲਾਉਂਦਾ ਕਿ 36 ਯੋਗੀ ਸੀ। ਕਹਿੰਦੇ ਨੇ ਇਸ ਕਰਕੇ ਜਿਹੜਾ ਸ਼ਬਦ ਵਰਤਿਆ ਗੁਰੂ ਪਾਤਸ਼ਾਹ ਨੇ ਬਾਣੀ ਵਿੱਚੋਂ ਬੜਾ ਖੂਬਸੂਰਤ ਹੈ, ਕਹਿੰਦੇ ਅਰਬਦ ਨਰਬਦ, ਨਰਬਦ ਤੋਂ ਭਾਵੇ ਨਾ ਅਰਬ ਵੀ, ਅਰਬਾਂ ਤੋਂ ਵੀ ਪਰੇ, ਗਿਣਤੀ ਤੋਂ ਪਰੇ, ਇੱਥੇ ਕਹਿਣ ਤੋਂ ਭਾਵੇ ਗਿਣਤੀ ਤੋਂ ਪਰੇ। ਧੁੰਦੂਕਾਰਾ ਤਰਨ ਨਾ ਗਗਨਾ, ਤਰਨ ਧਰਤੀ, ਗਗਨ ਆਕਾਸ਼, ਕੁਛ ਵੀ ਨਹੀਂ ਸੀ, ਨਾ ਹੁਕਮ ਪਾਰਾ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਸੁੰਨ ਸਮਾਧ ਲਗਾਏ ਦਾ। ਉਹ ਜਿਹੜਾ ਸੁੰਨ ਸਮਾਧ ਵਾਲੀ ਅਫੁਰ ਅਵਸਥਾ ਵਾਲੀ ਕਹਿਣ ਲੱਗੇ, ਉਹ ਨਿਰਗੁਣ ਸਰੂਪ ਉਦੋਂ ਵੀ ਸੀ, ਉਹ ਸੱਚ ਉਦੋਂ ਵੀ ਸੀ। ਉਸ ਤੋਂ ਬਾਅਦ ਇੱਦਾਂ ਕਹਿ ਲਈਏ ਵੀ ਉਹ ਫੁਰਨਾ ਫੁਰਿਆ। ਮੈਂ ਅਕਸਰ ਇੱਕ ਉਦਾਹਰਣ ਦਿੰਦਾ ਹੁੰਦਾ ਵੀ ਜਿਵੇਂ ਇੱਕ ਮਨ ਨੂੰ ਖਾਲੀ ਜ਼ਮੀਨ, ਖਾਲੀ ਜਗ੍ਹਾ ਜਾਂ ਖਾਲੀ ਪਲੋਟ ਪਿਆ ਹੈ ਕਿਸੇ ਦਾ, ਵੇਖ ਕੇ ਉਹਦੇ ਮਨ ਵਿੱਚ ਇੱਕ ਫੁਰਨਾ ਆਇਆ, ਨਿਰਗੁਣ ਤੋਂ ਫੁਰਨਾ ਬਣਿਆ ਵੀ ਇੱਥੇ ਬਿਲਡਿੰਗ ਬਣਨੀ ਚਾਹੀਦੀ। ਹੁਣ ਉਸੇ ਫੁਰਨੇ ਨੇ ਇੱਕ ਸਾਕਾਰ ਰੂਪ ਧਾਰਨ ਕਰ ਲਿਆ, ਉੱਥੇ ਬਿਲਡਿੰਗ ਬਣਨੀ ਸ਼ੁਰੂ ਹੋ ਗਈ, ਬੜੀਆਂ ਉੱਚੀਆਂ ਮੰਜ਼ਿਲਾਂ ਬਣ ਗਈਆਂ। ਹੁਣ ਜਿਹੜਾ ਸਰੂਪ ਨਜ਼ਰ ਆ ਰਿਹਾ ਉਹ ਕਿਹੜਾ ਹੈ? ਉਹ ਸਰਗੁਣ ਹੈ। ਖਿਆਲ ਨਿਰਗੁਣ ਤੋਂ ਪੈਦਾ ਹੋਇਆ ਹੈ, ਉਦੋਂ ਕੁਛ ਵੀ ਨਹੀਂ ਸੀ ਹੈਗਾ ਜਦੋਂ ਖਿਆਲ ਬਣਿਆ, ਅਤੇ ਉਹ ਖਿਆਲ ਸਰਗੁਣ ਰੂਪ ਧਾਰਨ ਕਰ, ਨਿਰਗੁਣ ਸਰਗੁਣ ਰੂਪ ਧਾਰਨ ਕਰ ਲੈਂਦਾ ਹੈ। ਇੱਦਾਂ ਕਹਿ ਆਪਾਂ ਸਮਝ ਸਕਦੇ ਹਾਂ ਵੀ ਇੱਕ ਫੁੱਲ ਹੈ, ਹੁਣ ਫੁੱਲ ਜਿਹੜਾ ਸਰਗੁਣ ਸਰੂਪ ਹੈ, ਪਰ ਉਹਦੇ ਵਿੱਚ ਜਿਹੜੀ ਮਹਿਕ ਹੈ ਅੰਦਰ, ਜਿਹੜੀ ਉਹਦੇ ਮਹਿਕ ਹੈ ਜਿਹੜੀ ਸਾਨੂੰ ਨਜ਼ਰ ਨਹੀਂ ਆ ਰਹੀ, ਅਤੇ ਮਹਿਕ ਤੋਂ ਬਿਨਾਂ ਫੁੱਲ ਕਿਸੇ ਕੰਮ ਦਾ ਨਹੀਂ, ਫੁੱਲ ਤਾਂ ਆਰਟੀਫਿਸ਼ਲ ਵੀ ਹੋ ਸਕਦਾ ਹੈ। ਜਦਕਿ ਜਿਹੜੇ ਨਕਲੀ ਫੁੱਲ ਹੁੰਦੇ ਨੇ ਕਈ ਵਾਰੀ ਗੁਲਾਬ ਦੇ ਅਸਲੀ ਫੁੱਲਾਂ ਨਾਲੋਂ ਕਿਤੇ ਖੂਬਸੂਰਤ ਨਜ਼ਰ ਆਉਂਦੇ ਨੇ, ਕਿਤੇ ਸੋਹਣੇ ਨਜ਼ਰ ਆਉਂਦੇ ਨੇ, ਪਰ ਗੱਲ ਇੱਕ ਕਿ ਉਹਨਾਂ ਦੇ ਵਿੱਚ ਮਹਿਕ ਨਹੀਂ ਹੁੰਦੀ ਜੋ ਅਸਲੀ ਫੁੱਲ ਦੇ ਵਿੱਚ ਹੈ। ਹੁਣ ਫੁੱਲ ਸਰਗੁਣ ਰੂਪ ਹੈ, ਪਰ ਜਿਹੜੀ ਅੰਦਰ ਮਹਿਕ ਹੈ ਨਾ, ਜਿਹੜਾ ਅਸਲ ਉਹਦਾ ਜੀਵਨ ਹੈ, ਫੁੱਲ ਦੀ ਜ਼ਿੰਦਗੀ ਕੀ ਹੈ, ਮਹਿਕ ਜਿਹੜੀ ਉਹਦੀ ਜ਼ਿੰਦਗੀ, ਉਹ ਨਿਰਗੁਣ ਰੂਪ ਹੈ। ਤਾਂ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਸਾਨੂੰ ਸਰਗੁਣ 'ਤੇ ਨਜ਼ਰ ਆ ਰਿਹਾ ਹੈ, ਸਾਨੂੰ ਸਰਗੁਣ ਨਜ਼ਰ ਆ ਰਿਹਾ, ਬਾਹਰੀ ਚਿਹਰੇ ਨਜ਼ਰ ਆ ਰਹੇ ਨੇ, ਸਾਨੂੰ ਮਾਇਆ ਨਜ਼ਰ ਆ ਰਹੀ ਹੈ, ਮਟੀਰੀਅਲ ਨਜ਼ਰ ਆ ਰਿਹਾ ਹੈ, ਜਾਂ ਸਾਨੂੰ ਰੰਗ ਰੂਪ ਨਜ਼ਰ ਆ ਰਹੇ ਨੇ, ਪਰ ਇਹਨਾਂ ਦੇ ਅੰਦਰ ਜਿਹੜੀ ਖੁਸ਼ਬੂ ਬਣ ਕੇ ਬੈਠਾ ਹੋਇਆ ਹੈ ਉਹ ਕਰਤਾ ਆਪ ਹੈ, ਉਹ ਪਰਮਾਤਮਾ ਆਪ ਹੈ। ਕਿਉਂਕਿ ਜਿਵੇਂ ਪਹਿਲਾਂ ਸਰ ਨੇ ਹੁਣੇ ਜ਼ਿਕਰ ਕੀਤਾ ਹੈ ਕਿ ਮੰਨਿਆ ਜਾਂਦਾ ਸੀ
ਗੱਲਾਂ ਵੀ ਚੱਲੀਆਂ ਧਰਮਾਂ ਦੇ ਵਿੱਚ ਵੀ ਆਈਆਂ ਵੀ ਇੱਕ ਦਿਨ ਰੱਬ ਦੇ ਅੰਦਰ ਫੁਰਨਾ ਫੁਰਿਆ ਉਹਨੇ ਧਰਤੀ ਇਹ ਬਣਾ ਦਿੱਤੀ, ਪਾਣੀ ਬਣਾ ਦਿੱਤਾ, ਫਿਰ ਉਹਨੇ ਇੱਕ ਦਿਨ ਪਸ਼ੂ ਪੰਛੀ ਬਣਾਏ, ਫਿਰ ਉਹਨੇ ਬਨਸਪਤੀ ਬਣਾਈ, ਫਿਰ ਉਹਨੇ ਸੂਰਜ ਇਹ ਚੰਦਰਮਾ ਬਣਾਇਆ, ਅਤੇ ਫਿਰ ਉਹ ਜਦੋਂ ਸਾਰਾ ਕੁਛ ਬਣਾ ਕੇ ਅਤੇ ਰੱਬ ਥੱਕ ਗਿਆ ਅਤੇ ਫਿਰ ਇੱਕ ਦਿਨ ਉਹ ਆਰਾਮ ਕਰਨ ਵਾਸਤੇ ਬੈਠ ਗਿਆ, ਆਰਾਮ ਕਰਨ ਵਾਸਤੇ ਬੈਠ ਗਿਆ ਅਤੇ ਉਹਨੇ ਆਪਣੇ ਆਰਾਮ ਕਰਨ ਵਾਸਤੇ ਸੱਤਵਾਂ ਆਕਾਸ਼ ਚੁਣਿਆ, ਇਸ ਕਰਕੇ ਸੱਤਵੇਂ ਆਕਾਸ਼ ਵਿੱਚ ਬੈਠਾ। ਅੱਜ ਵੀ ਨਾ ਜਦੋਂ ਕਿਤੇ ਪਰਮਾਤਮਾ ਦੀ ਗੱਲ ਚੱਲਦੀ ਤਾਂ ਅਸੀਂ ਅੱਜ ਵੀ ਉੱਪਰ ਨੂੰ ਵੇਖਦੇ ਹਾਂ ਵੀ ਰੱਬ ਉੱਪਰ ਹੈ। ਕਈਆਂ ਦੇ ਮਨ ਵਿੱਚ ਇੱਕ ਹੋਰ ਭੁਲੇਖਾ ਵੀ ਹੈ, ਗੁਰੂ ਨਾਨਕ ਪਾਤਸ਼ਾਹ ਦੀ ਉਹ ਕਲਪਤ ਤਸਵੀਰਾਂ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਬਣਾਈਆਂ ਮਨੋਕਲਪਤ, ਪਰ ਉਹਦੇ ਵਿੱਚ ਵੀ ਇੱਦਾਂ ਉਂਗਲ ਬਣਾਈ ਹੋਈ ਅਤੇ ਉਹ ਵੇਖਣ ਕਈਆਂ ਦਾ ਇਹ ਹੁੰਦਾ ਵੀ ਗੁਰੂ ਨਾਨਕ ਦੇ ਰੱਬ ਉੱਪਰ ਹੈ, ਜਦਕਿ ਉਹ ਵੈਸੇ ਉਹ ਇਹ ਕਿ ਗੁਰੂ ਨਾਨਕ ਪਾਤਸ਼ਾਹ ਕਹਿਣਾ ਚਾਹੁੰਦੇ ਨੇ ਪਰਮਾਤਮਾ ਇੱਕ ਹੈ। ਤਸਵੀਰ ਬਣਾਉਣ ਵਾਲੇ ਨੇ ਇੱਦਾਂ ਬਣਾਇਆ ਵੀ ਗੁਰੂ ਨਾਨਕ ਸਾਹਿਬ ਉਪਦੇਸ਼ ਦੇਣਾ ਚਾਹੁੰਦੇ ਨੇ ਵੀ ਰੱਬ ਇੱਕ ਹੈ, ਪਰ ਉੱਥੇ ਵੀ ਅੱਜ ਵੇਖੋ ਵੀ ਤੁਸੀਂ ਬਹੁਤ ਸਾਰੇ ਇਹ ਜਦੋਂ ਪੀਰਾਂ ਫਕੀਰਾਂ ਦੀਆਂ ਜਾਂ ਸਾਡੇ ਗੁਰੂ ਸਾਹਿਬਾਨ ਦੀਆਂ ਵੀ ਤਸਵੀਰਾਂ ਜਿਹੜੀਆਂ ਬਣਦੀਆਂ ਨੇ ਉਹ ਉੱਪਰ ਨੂੰ ਵਹਿੰਦੇ ਨੇ, ਇੱਦਾਂ ਦਿਖਾਇਆ ਜਾਂਦਾ ਹੈ ਅਤੇ ਇੱਦਾਂ ਸ਼ੋਅ ਕੀਤਾ ਜਾਂਦਾ ਵੀ ਪਰਮਾਤਮਾ ਉੱਪਰ ਹੈ, ਪਰਮਾਤਮਾ ਉੱਪਰ ਹੈ। ਜਦੋਂ ਕਿਤੇ ਇਹ ਮੀਂਹ ਨਾ ਪਵੇ ਲੋਕ ਉੱਪਰ ਨੂੰ ਵੇਖ ਕੇ ਅਤੇ ਅਰਦਾਸਾਂ ਕਰਦੇ ਨੇ, ਅਸਲ ਵਿੱਚ ਜਿਹੜੀਆਂ ਗੱਲਾਂ ਨੇ ਨਾ ਵੀ ਪਰਮਾਤਮਾ ਉੱਪਰ ਹੈ ਜਾਂ ਉਹਦਾ ਮਤਲਬ ਸੀ ਉਹ ਸਭ ਤੋਂ ਉੱਚਾ ਹੈ, ਉੱਚੇ ਅਤੇ ਉੱਚਾ ਭਗਵੰਤ ਜਿਹਨੂੰ ਆਪਾਂ ਪੜ੍ਹਦੇ ਹਾਂ ਵੀ ਸਾਰਿਆਂ ਤੋਂ ਉੱਚਾ, ਉਹਦੇ ਤੋਂ ਉੱਚਾ, ਉਹਦੇ ਤੋਂ ਵੱਡਾ, ਉਹਦੇ ਤੋਂ ਉੱਤੇ ਹੋਰ ਕੋਈ ਨਹੀਂ। ਉਹਦਾ ਮਤਲਬ ਤਾਂ ਆਹ ਸੀ, ਉਹਦਾ ਮਤਲਬ ਇਹ ਥੋੜ੍ਹਾ ਵੀ ਉਹ ਉੱਪਰ ਬੈਠੇ ਧਰਤੀ 'ਤੇ ਨਹੀਂ ਹੈ। ਇਹੀ ਕਾਰਨ ਹੈ ਨਾ ਅਸੀਂ ਧਰਤੀ 'ਤੇ ਰੱਬ ਨੂੰ ਨਹੀਂ ਵੇਖਿਆ, ਪਰਮਾਤਮਾ ਨੂੰ ਇਸ ਦੁਨੀਆਂ ਵਿੱਚ ਨਹੀਂ ਵੇਖਿਆ ਅਤੇ ਇਹ ਕਹਿ ਦਿੱਤਾ, ਇਹ ਖਿਆਲ ਪ੍ਰਚਲਿਤ ਹੋ ਗਏ ਵੀ ਜਦੋਂ ਕਿਤੇ ਬਹੁਤ ਜ਼ਿਆਦਾ ਧਰਮ ਦੀ ਹਾਨੀ ਹੁੰਦੀ ਰੱਬ ਉਦੋਂ ਦੁਨੀਆਂ ਵਿੱਚ ਪ੍ਰਗਟ ਹੁੰਦਾ ਹੈ, ਉਦੋਂ ਕਿਤੇ ਉਹ ਜਨਮ ਲੈ ਕੇ ਫਿਰ ਸੰਸਾਰ ਵਿੱਚ ਆਉਂਦਾ ਹੈ। ਜਦਕਿ ਸੱਚ ਇਹ ਹੈ ਕਿ ਤੁਸੀਂ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਧਰਮ ਦੇ ਬਾਰੇ ਤੁਸੀਂ ਪਹਿਲਾ ਲੈਕਚਰ ਹੀ ਸਰ ਦੇ ਕੋਲੋਂ ਹਰਭਜਨ ਸਿੰਘ ਡਾਕਟਰ ਹਰਭਜਨ ਸਿੰਘ ਕੋਲੋਂ ਸਰਵਣ ਕੀਤਾ ਸੁਣਿਆ, ਜਿਹੜਾ ਧਰਮ ਅਸੀਂ ਮੰਨੀ ਬੈਠੇ ਉਹ ਤਾਂ ਧਰਮ ਹੈ ਹੀ ਨਹੀਂ। ਉਹ ਧਰਮ ਦੀ ਜਿਹੜੀ ਹਾਨੀ ਦੀ ਗੱਲ ਹੈ ਕਿ ਉਹ ਤਾਂ ਹਰ ਵੇਲੇ ਹੋ ਰਹੀ, ਉਹ ਮਨੁੱਖੀ ਕਦਰਾਂ ਕੀਮਤਾਂ ਗੁਣਾਂ ਦੀ ਜਿਹੜੀ ਗੱਲ ਹੈ ਉਹ ਤਾਂ ਹਰ ਰੋਜ਼ ਸਾਡੇ ਜੀਵਨ ਵਿੱਚ ਮਾਈਨਸ ਹੋ ਰਹੇ ਨੇ ਅਤੇ ਰੋਜ਼ ਹੋ ਰਹੀ ਹੈ, ਅਤੇ ਪਰਮਾਤਮਾ ਵੀ ਰੋਜ਼ ਹੀ ਸਾਡੇ ਜੀਵਨ ਵਿੱਚ ਪ੍ਰਗਟ, ਸਾਡੇ ਅੰਦਰੋਂ ਪ੍ਰਗਟ ਹੋ ਕੇ ਸਾਨੂੰ ਉਪਦੇਸ਼ ਦੇ ਰਿਹਾ ਹੈ, ਸਾਡੇ ਕੰਨਾਂ ਵਿੱਚ ਗੱਲ ਪਾ ਰਿਹਾ ਹੈ, ਕਿਤੇ ਨਾ ਕਿਤੇ ਉਹ ਕਿਸੇ ਦੇ ਜ਼ੁਬਾਨ 'ਤੇ ਵੱਸ ਕੇ। ਇੱਕ ਬੜੀ ਵੀ ਖੂਬਸੂਰਤ ਗੱਲ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਕਹੀ, ਕਹਿ ਲੱਗੇ ਕੋਟ ਪਰਾਧ ਹਮਾਰੇ ਖੰਡੋ ਅਣਕ ਵਿਧੀ ਸਮਝਾਵੋ। ਹੇ ਰੱਬ ਜੀ, ਤੁਸੀਂ ਸਾਡੇ ਕਰੋੜਾਂ ਅਪਰਾਧ ਨਾਸ਼ ਕਰਦੇ ਹੋ ਅਤੇ ਨਾਸ਼ ਕਰਦੇ ਹੋ ਸਮਝਾ ਕੇ, ਅਤੇ ਕਹਿਣ ਲੱਗੇ ਅਣਕ ਵਿਧੀ, ਤੁਹਾਡੇ ਕੋਲ ਵਿਧੀਆਂ ਬਹੁਤ ਨੇ ਸਮਝਾਉਣ ਦੀਆਂ, ਤਰੀਕੇ ਬਹੁਤ ਨੇ, ਕਦੇ ਦਿਖਾ ਕੇ ਸਾਡੇ ਸਾਹਮਣੇ ਕੋਈ ਘਟਨਾ ਵਾਪਰ ਜਾਂਦੀ ਹੈ, ਕੋਈ ਐਕਸੀਡੈਂਟ ਹੋ ਜਾਂਦਾ ਅਤੇ ਸਾਨੂੰ ਸਮਝ ਆ ਜਾਂਦੀ ਵੀ ਮੈਂ ਇਹ ਗਲਤੀ ਨਹੀਂ ਕਰਨੀ। ਇਸ ਬੰਦੇ ਨੇ ਨਾ ਇਹਦਾ ਅਗਰ ਕੁਝ ਅੰਦਰ ਇਹ ਗੁਰਦੇ ਖਰਾਬ ਹੋਏ ਨੇ ਅਤੇ ਇਹਨੇ ਆ ਗਲਤੀ ਕੀਤੀ ਸੀ, ਇਹਨੇ ਜ਼ਿਆਦਾ ਨਸ਼ਾ ਕਰ ਲਿਆ, ਸ਼ਰਾਬ ਪੀ ਲਈ, ਜਾਂ ਇਹਨੇ ਰੈੱਡ ਲਾਈਟ 'ਤੇ ਰੁਕਣਾ ਸੀ ਅਤੇ ਇਹ ਰੁਕਿਆ ਨਹੀਂ ਤਾਂ ਐਕਸੀਡੈਂਟ ਹੋ ਗਿਆ। ਸਮਝ ਆ ਗਈ ਨਾ, ਕਿਸੇ ਦੀ ਜ਼ੁਬਾਨ 'ਤੇ ਵੱਸ ਕੇ ਸਮਝਾ ਦਿੰਦਾ ਹੈ। ਇਹ ਤਾਂ ਪਰਮਾਤਮਾ ਸਤਿਗੁਰੂ ਕਹਿੰਦੇ ਨੇ ਸਮਝਾ ਰਹੇ ਹੋ ਅਤੇ ਹਰ ਵੇਲੇ ਪ੍ਰਗਟ ਹੈ, ਕਦੇ ਇਹ ਨਹੀਂ ਕਿ ਕਦੇ ਕਦੇ ਪ੍ਰਗਟ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਕਿ ਇਹ ਸਾਡਾ ਭੁਲੇਖਾ ਹੈ, ਅਸੀਂ ਮੰਨੀ ਬੈਠੇ ਹਾਂ ਕਿ ਰੱਬ ਕਿਤੇ ਸਾਡੇ ਤੋਂ ਦੂਰ ਬੈਠਾ ਹੋਇਆ ਹੈ। ਕਹਿੰਦੇ ਨੇ ਨਹੀਂ, ਜਦੋਂ ਸਰਗੁਣ ਸਰੂਪ ਦੇ ਵਿੱਚ ਹੈ, ਕਿਉਂਕਿ ਨਿਰਗੁਣ, ਫਿਰ ਬੇਨਤੀ ਕਰਦੇ ਹਾਂ ਕਿ ਨਿਰਗੁਣ ਜਿਹੜਾ ਸਾਨੂੰ ਨਜ਼ਰ ਨਹੀਂ ਆ ਰਿਹਾ, ਸਰਗੁਣ ਜੋ ਸਾਨੂੰ ਨਜ਼ਰ ਆ, ਕਹਿੰਦੇ ਨੇ ਸਰਗੁਣ ਦੇ ਵਿੱਚ ਹੀ ਨਿਰਗੁਣ ਹੈ, ਸਰਗੁਣ ਅਤੇ ਨਿਰਗੁਣ ਨੂੰ ਵੱਖਰਾ ਨਹੀਂ ਕੀਤਾ, ਜਦਕਿ ਅਸੀਂ ਵੱਖਰਾ ਸਮਝਦੇ ਹਾਂ। ਇਹ ਸਾਡੀ ਸਮੱਸਿਆ, ਸਾਡਾ ਭੁਲੇਖਾ ਹੈ, ਅਸੀਂ ਦੁਨੀਆਂ ਅਤੇ ਪਰਮਾਤਮਾ ਨੂੰ ਵੱਖਰਾ ਸਮਝਦੇ ਹਾਂ, ਅਸੀਂ ਸਮਝਦੇ ਕਿ ਰੱਬ ਕਿਤੇ ਹੋਰ ਥਾਂ 'ਤੇ ਬੈਠਾ ਹੋਇਆ। ਅਤੇ ਗੁਰੂ ਨਾਨਕ ਨੂੰ ਪੁੱਛੀਏ ਤਾਂ ਕਹਿੰਦੇ ਨੇ ਆਪਿਨੇ ਆਪ ਸਾਜਿਓ, ਆਪਿਨੇ ਰਚਿਓ ਨਾਓ, ਦੂਜੀ ਕੁਦਰਤ ਸਾਜੀਏ ਕਰ ਆਸਨ, ਡਿੱਠੋ ਚਾਓ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ, ਕੁਦਰਤ ਨੂੰ ਪੈਦਾ ਕਰਕੇ। ਰੱਬ ਜੀ ਦਾ ਤਖਤ ਕਿਤੇ ਹੋਰ ਥਾਂ 'ਤੇ, ਕੋਈ ਹੋਰ ਦਰਗਾਹ, ਕੋਈ ਹੋਰ ਸੱਚਖੰਡ ਅਸੀਂ ਮੰਨ ਲਿਆ, ਇਹ ਸਾਡਾ ਭੁਲੇਖਾ ਹੈ। ਗੁਰੂ ਨਾਨਕ ਕਹਿੰਦਾ ਹੈ, ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਬਲਹਾਰੀ ਕੁਦਰਤ ਵਸਿਆ, ਕਹਿ ਲੱਗੇ ਮੈਂ ਬਲਹਾਰ ਜਾਂਦਾ, ਕਹਿੰਦੇ ਤੂੰ ਜਿਹੜਾ ਕੁਦਰਤ ਵਿੱਚ ਵਸਿਆ ਹੋਇਆ ਹੈ।
ਜਿਹੜਾ ਜ਼ਰੇ ਜ਼ਰੇ ਵਿੱਚ ਵਸਿਆ ਹੋਇਆ। ਘੱਟ ਘੱਟ ਮੈਂ ਹਰ ਜੋ ਬਸੇ ਸੰਤਨ ਕਹੇ ਹੋ ਪੁਕਾਰ। ਅਸੀਂ ਕਈ ਵਾਰ ਨਾ ਗਲਤ ਬਾਣੀ ਦੇ ਅਸੀਂ ਗਲਤ ਅਰਥ ਕੀਤੇ, ਅਸੀਂ ਗਲਤ ਅਰਥ ਕੀਤੇ, ਸਮਝਿਆ ਗਲਤ। ਜਦੋਂ ਹੁਣ ਲੈਕਚਰ ਹੋਵੇਗਾ ਜਪ ਦੇ ਉੱਤੇ ਤਾਂ ਪੰਜ ਖੰਡਾਂ ਦਾ ਜ਼ਿਕਰ ਆਏਗਾ, ਸਰ ਐਕਸਪਲੇਨ ਕਰਨਗੇ ਉਹਨੂੰ ਕਿ ਜਿਹੜਾ ਅਸੀਂ ਕਹਿੰਦੇ ਤਾਂ ਸੱਚ ਖੰਡ ਵਸੇ ਨਿਰੰਕਾਰ, ਵੀ ਕੋਈ ਵੱਖਰਾ ਸੱਚ ਖੰਡ ਹੈ, ਉੱਥੇ ਨਿਰੰਕਾਰ ਵੱਸਦਾ ਹੈ, ਉੱਥੇ ਰੱਬ ਵੱਸਦਾ ਹੈ। ਅਸੀਂ ਇੱਦਾਂ ਦੇ ਗਲਤ ਅਰਥ ਕੀਤੇ, ਜਦਕਿ ਇਹ ਵੀ ਅਸੀਂ ਇੱਕ ਗਲਤ ਅਰਥ ਕੀਤਾ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਇੱਕ ਸੰਭਾਲ ਕਰਨੀ ਹੈ, ਬੜੀ ਜ਼ਰੂਰੀ ਹੈ, ਸਤਿਗੁਰ ਦੀ ਬੀੜ ਗੁਰਦੁਆਰੇ ਦੇ ਵਿੱਚ ਸੰਭਾਲ ਕਰਨੀ, ਉਹਨੂੰ ਸੇਵਾ ਕਰਨੀ ਬਹੁਤ ਲਾਜ਼ਮੀ ਹੈ। ਅਤੇ ਜਿਹੜੇ ਰੂਮ ਬਣਾਏ, ਜਿਹੜੇ ਕਮਰੇ ਬਣਾਏ ਜਿੱਥੇ ਆਪਾਂ ਰਾਤ ਨੂੰ ਜਾਂ ਜਿਹੜੀਆਂ ਬੀੜਾਂ ਪ੍ਰਕਾਸ਼ 'ਤੇ ਇੱਕ ਹੋਣਾ ਹੈ ਅਤੇ ਦੂਜੀਆਂ ਬੀੜਾਂ ਜਿੱਥੇ ਰੱਖਣੇ, ਸੁੱਖ ਆਸਣ ਵਾਲਾ ਜਿਹੜਾ ਰੂਮ, ਉੱਥੇ ਹਰ ਗੁਰਦੁਆਰੇ ਵਿੱਚ ਲਿਖਿਆ ਹੋਵੇਗਾ ਵੀ ਸੱਚਖੰਡ ਹੈ, ਇਹੀ ਪੰਕਤੀ ਲਿਖੀ ਹੋਗੀ, ਸੱਚਖੰਡ ਵਸੇ ਨਿਰੰਕਾਰ। ਸਾਡੇ ਮਨਾਂ ਵਿੱਚ ਵੀ ਰੱਬ ਗੁਰੂ ਇੱਥੇ ਵੱਸਦਾ ਹੈ ਸਾਡੇ ਮਨਾਂ ਵਿੱਚ, ਕਿਉਂਕਿ ਅਸੀਂ ਰੋਜ਼ ਜਿਹਨੂੰ ਅਸੀਂ ਵੇਖਦੇ ਹਾਂ, ਰੋਜ਼ ਜਿਹੜੀਆਂ ਪੰਕਤੀਆਂ ਪੜ੍ਹਦੇ ਹਾਂ, ਤਾਂ ਅਸੀਂ ਸੋਚਿਆ ਵੀ ਇਹ ਸੱਚਖੰਡ ਹੈ, ਬਾਕੀ ਤਾਂ ਇੱਦਾਂ ਹੀ ਹੈ। ਕਬੀਰ ਜੀ ਨੇ ਇੱਕ ਸਵਾਲ ਖੜ੍ਹਾ ਕਰ ਦਿੱਤਾ, ਕਬੀਰ ਜੀ ਨੇ ਇੱਕ ਸਵਾਲ ਖੜ੍ਹਾ ਕਰ ਦਿੱਤਾ ਜਿਨ੍ਹਾਂ ਦੇ ਮਨਾਂ ਵਿੱਚ ਭੁਲੇਖਾ ਸੀ ਨਾ ਵੀ ਪਰਮਾਤਮਾ ਕਿਸੇ ਖਾਸ ਥਾਂ 'ਤੇ ਵੱਸਦਾ ਹੈ, ਅਤੇ ਉਹਨਾਂ ਨੇ ਗੱਲ ਉਹਦਾ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਕਹਿੰਦੇ ਨੇ ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ। ਜੇ ਮੈਂ ਉਹਨੂੰ ਕਹਿਣ ਲੱਗੇ ਕਾਜ਼ੀ ਨੂੰ, ਭੁਲੇਖਾ ਤਾਂ ਕਿਸੇ ਦੇ ਮਨ ਵਿੱਚ ਵੀ ਹੋ ਸਕਦਾ, ਗ੍ਰੰਥੀ ਦੇ ਮਨ ਵਿੱਚ ਵੀ ਹੋ ਸਕਦਾ, ਬ੍ਰਾਹਮਣ ਦੇ ਮਨ ਵਿੱਚ ਵੀ ਹੋ ਸਕਦਾ, ਹਿੰਦੂ ਮੁਸਲਮਾਨ ਕਿਸੇ ਦੇ ਮਨ ਵਿੱਚ ਹੋ ਸਕਦਾ। ਰੱਬ ਅਸੀਂ ਜਦੋਂ ਕਹਾਂਗੇ ਵੀ ਰੱਬ ਕੇਵਲ ਗੁਰਦੁਆਰੇ ਵਿੱਚ, ਗੁਰੂ ਕੇਵਲ ਗੁਰਦੁਆਰੇ ਵਿੱਚ, ਜਿਵੇਂ ਸਰ ਨੇ ਗੱਲ ਕੀਤੀ, ਲੋਕ ਇਹਦਾ ਵੀ ਗਲਤ ਅਰਥ ਕਰਦੇ ਨੇ ਵੀ ਤੁਸੀਂ ਕਿਹਾ ਨਾ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਤੋਂ ਬਾਹਰ ਕੱਢੀਏ, ਲੋਕ ਇਹ ਵੀ ਕਹਿਣ ਲੱਗੇ ਵੇਖੋ ਜੀ ਇਹਨੂੰ ਗੁਰਦੁਆਰੇ ਵਿੱਚ ਗੁਰੂ ਨੂੰ ਰਹਿਣ ਦੇਣਾ ਚਾਹੁੰਦੇ, ਮੰਨੇ ਆ ਵੀ ਗੁਰਦੁਆਰਾ ਹੀ ਗੁਰੂ ਦਾ ਘਰ ਹੈ। ਕਮਾਲ ਹੋ ਗਈ, ਗੁਰਦੁਆਰਾ ਦੇ ਵਿੱਚੋਂ ਆਵਾਜ਼ ਕੀ ਆ ਰਹੀ ਹੈ, ਕਬੀਰ ਜੀ ਬਾਣੀ ਵਿੱਚ ਕੀ ਕਹਿ ਰਹੇ ਨੇ। ਕਹਿੰਦੇ ਨੇ ਕਾਜ਼ੀ ਨੂੰ, ਕਹਿੰਦੇ ਨੇ ਤੂੰ ਮੰਨ ਲਿਆ ਵੀ ਅੱਲਾ ਜਿਹੜਾ ਖੁਦਾ ਹੈ ਉਹ ਕੇਵਲ ਮਸੀਤ ਵਿੱਚ ਰਹਿੰਦਾ ਹੈ, ਕੇਵਲ ਗੁਰਦੁਆਰੇ ਵਿੱਚ ਰਹਿੰਦਾ ਹੈ, ਕੇਵਲ ਮੰਦਰ ਦੇ ਵਿੱਚ ਰਹਿੰਦਾ ਹੈ, ਅਤੇ ਕਹਿੰਦੇ ਨੇ ਅਵਰ ਮੁਲਖ ਕਿਸ ਕੇਰਾ, ਫਿਰ ਦੂਜਾ ਮੁਲਖ ਜਿਹੜਾ ਹੈ ਉੱਥੇ ਉਹ ਕਿਹਦਾ ਹੈ, ਉੱਥੇ ਕੌਣ ਹੈ। ਉਹ ਤਾਂ ਬੜੀ ਮਸੀਤ ਦੀ ਬੜੀ ਛੋਟੀ ਜਿਹੀ ਜਗ੍ਹਾ 'ਤੇ, ਧਾਰਮਿਕ ਸਥਾਨ ਪੂਰੀ ਦੁਨੀਆ ਵਿੱਚ ਲਾ ਲਓ ਅਤੇ ਪੂਰੀ ਧਰਤੀ ਦੇ ਬਲਕਿ ਬ੍ਰਹਿਮੰਡ ਦੇ ਮੁਕਾਬਲੇ ਉਹ ਕਿੰਨੇ ਕੁ ਬਣਨਗੇ, ਅਤੇ ਰੱਬ ਦੀ ਥਾਂ ਇੰਨੀ ਕੁ ਹੀ ਹੈ ਬਸ। ਅੱਗੇ ਕਹਿਣ ਲੱਗੇ ਹਿੰਦੂ ਮੂਰਤ ਰਾਮ ਨਿਵਾਸੀ, ਹਿੰਦੂ ਵੀਰ ਨੂੰ ਕਹਿਣ ਲੱਗੇ ਤੂੰ ਸੋਚ ਲਿਆ ਵੀ ਮੂਰਤੀ ਵਿੱਚ ਹੀ ਰੱਬ ਹੈ, ਬਾਕੀ ਸੱਚ ਇਹ ਕਿ ਜੇ ਅਸੀਂ ਦੁਨੀਆ ਵਿੱਚ ਰੱਬ ਮੰਨਿਆ ਹੁੰਦਾ ਨਾ, ਅਤੇ ਫਿਰ ਮੂਰਤੀ ਦੇ ਟੁੱਟਣ 'ਤੇ ਇੰਨਾ ਸਾਡੇ ਅੰਦਰੋਂ ਖਲਬਲੀ ਜਾਂ ਸਾਡੇ ਦਿਨਾਂ ਨੂੰ ਠੇਸ ਨਾ ਪਹੁੰਚਦੀ ਜਦੋਂ ਅਸੀਂ ਮਨੁੱਖਾਂ ਨੂੰ ਤੋੜਦੇ ਹਾਂ। ਸੱਚ ਇਹ ਕਿ ਅਸੀਂ ਉਹ ਜਿਹੜੇ ਜਿਹਨੂੰ ਅਸੀਂ ਰੱਬ ਮੰਨ ਕੇ ਪੂਜੀ ਜਾ ਰਹੇ ਹਾਂ, ਅਰਪਣ ਕਰੀ ਜਾ ਰਹੇ ਹਾਂ, ਧਨ ਪਦਾਰਥ ਕੀਮਤੀ ਕੀਮਤੀ ਚੀਜ਼ਾਂ, ਅਤੇ ਮਨੁੱਖਤਾ ਜਿਹੜੀ ਹੈ ਉਹ ਭੁੱਖੀ ਮਰੀ ਜਾ ਰਹੀ ਹੈ, ਕਿਤੇ ਦੁਨੀਆਂ ਵਿੱਚ ਰੱਬ ਨੂੰ ਵੇਖਿਆ ਹੁੰਦਾ। ਕਹਿੰਦੇ ਹਿੰਦੂ ਮੂਰਤ ਰਾਮ ਨਿਵਾਸੀ ਦੋਹੋਂ ਮੈਂ ਤੱਤ ਨਾ ਹੇਰਾ, ਕਹਿਣ ਲੱਗੇ ਤੱਤ ਦੀ ਗੱਲ ਤਾਂ ਇੱਥੇ ਆਈ ਕੋਈ ਨਹੀਂ, ਅਤੇ ਗੱਲ ਸਾਡੇ 'ਤੇ ਵੀ ਢੁੱਕਦੀ ਜੇ ਅਸੀਂ ਕਹਾਂਗੇ ਨਾ ਵੀ ਇਹ ਸੱਚ ਖੰਡ ਹੈ, ਜੇ ਇੰਨਾ ਕੋਈ ਕਮਰਾ ਹੀ ਇੱਥੇ ਹੀ ਗੁਰੂ ਵੱਸਦਾ ਹੈ, ਅਤੇ ਫਿਰ ਇਹੀ ਗੱਲ ਆਏਗੀ ਵੀ ਅਕਸਰ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ ਕਹਿੰਦੇ ਨਾ ਇਹ ਤਾਂ ਰੱਬ ਦਾ ਘਰ, ਇੱਥੇ ਝੂਠ ਨਹੀਂ ਬੋਲਣਾ, ਇੱਥੇ ਧੋਖਾ ਨਹੀਂ ਕਰਨਾ, ਇੱਥੇ ਠੱਗੀ ਨਹੀਂ ਕਰਨੀ ਕਿਸੇ ਨਾਲ, ਬਾਹਰ ਜੋ ਮਰਜ਼ੀ ਕਰੀ ਜਾਓ। ਇੱਦਾਂ ਹੁੰਦਾ ਨਾ ਵੀ ਜੇ ਇੱਥੇ ਨਹੀਂ ਕਰਨੀ ਤਾਂ ਇਹਦਾ ਮਤਲਬ ਇੱਥੇ ਰੱਬ ਹੈ, ਬਾਕੀ ਤਾਂ ਕਿਹੜਾ ਰੱਬ ਵੇਖਦਾ ਪਿਆ ਹੈ। ਗੁਰੂ ਨਾਨਕ ਦੀ ਇੱਕ ਬੜੀ ਖੂਬਸੂਰਤ ਸਾਖੀ ਆਉਂਦੀ ਨਾ, ਸਤਿਗੁਰੂ ਜਦੋਂ ਮੱਕੇ ਗਏ, ਇਹ ਵੀ ਅੱਜ ਕੱਲ੍ਹ ਯੂਟਿਊਬ 'ਤੇ ਵੀ ਇੱਕ ਮੁਸਲਮਾਨ ਸਕੋਲਰ ਨੇ ਕਿਹਾ ਵੀ ਨਹੀਂ ਗਏ, ਪਰ ਮੈਂ ਨਾਲ ਤੁਹਾਨੂੰ ਬੇਨਤੀ ਕਰਦੀ ਹਾਂ, ਇੱਕ ਜਿਵੇਂ ਤਵਾਰੀਖ ਉਲ ਅਰਬ ਇੱਕ ਉਹਨਾਂ ਦੀ ਕਿਤਾਬ ਹੈ, ਉਹਦੇ ਵਿੱਚ ਵੀ ਜ਼ਿਕਰ ਗੁਰੂ ਨਾਨਕ ਸਾਹਿਬ ਗਏ ਸਨ। ਖੈਰ ਮੈਂ ਉਸ ਪਾਸੇ ਨਾ ਜਾਵਾਂ ਹੁਣ। ਉੱਥੇ ਨਾ ਅੱਜ ਕੱਲ੍ਹ ਜਦੋਂ ਚੱਲਦੀ ਹੈ ਨਾ ਗੱਲ ਵੀ ਗੁਰੂ ਨਾਨਕ ਸਾਹਿਬ ਮੱਕੇ ਵੱਲ ਪੈਰ ਕਰਕੇ ਸੌਂ ਗਏ ਅਤੇ ਮੱਕਾ ਘੁੰਮ ਗਿਆ, ਅਤੇ ਉਹ ਮੈਂ ਜਿੱਥੇ ਵੀ ਜਾਂਦਾ ਨਾ ਅਤੇ ਉੱਥੇ ਇਹੀ ਗੱਲ, ਤੁਸੀਂ ਮੰਨਦੇ ਹੋ ਜੀ ਬਿਲਡਿੰਗ ਘੁੰਮੀ ਸੀ? ਨਹੀਂ, ਉਹ ਮੈਨੂੰ ਸਾਨੂੰ ਸਵਾਲ ਕਰਦੇ ਨੇ, ਅਤੇ ਲੜਨ ਵਾਸਤੇ ਸਾਡੇ ਨਾਲ ਲੜਾਈ ਜ਼ਿਆਦਾ ਹੈ, ਅਸੀਂ ਵਿਚਾਰ ਘੱਟ ਕਰਨੀ ਅਤੇ ਡਾਂਗਾ ਜ਼ਿਆਦਾ ਖੜਕਾਉਣੀਆਂ ਨੇ, ਸਾਡੀ ਸੋਚ ਇੱਦਾਂ ਦੀ ਬਣ ਚੁੱਕੀ, ਲੜਨਾ ਜ਼ਿਆਦਾ ਹੈ, ਵਿਚਾਰ ਨਹੀਂ ਕਰਨੀ, ਜਦਕਿ ਗੁਰਬਾਣੀ ਵਿਚਾਰ ਦੀ ਗੱਲ ਕਰਦੀ ਹੈ, ਲੜਾਈ ਦੀ ਤਾਂ ਗੱਲ ਹੀ ਨਹੀਂ ਕਰਦੀ। ਅਤੇ ਇਹ ਨਾ ਸਵਾਲ ਆਉਂਦੇ ਨੇ, ਤੁਸੀਂ ਮੰਨਦੇ ਹੋ ਇਹ ਚਮਤਕਾਰ ਕਰਾਮਾਤ ਵਾਪਰੀ ਸੀ ਕਿ ਨਹੀਂ ਵਾਪਰੀ, ਇੱਦਾਂ ਦੇ ਸਵਾਲ। ਮੈਂ ਇੱਕੋ ਬੇਨਤੀ ਕਰਦਾ ਵੀ ਗੱਲ ਉੱਥੇ ਬਿਲਡਿੰਗ ਘੁੰਮਣ ਦੀ ਨਹੀਂ ਹੈ, ਮੱਕਾ ਘੁੰਮਿਆ ਸੀ ਨਹੀਂ ਘੁੰਮਿਆ ਸੀ, ਉਹਦੇ
ਗੁਰੂ ਨਾਨਕ ਸਾਹਿਬ ਨੂੰ ਉੱਥੇ ਗਲਤ ਉਪਦੇਸ਼ ਦੀ ਹੈ, ਗੁਰੂ ਨਾਨਕ ਨੇ ਉੱਥੇ ਉਪਦੇਸ਼ ਕੀ ਦਿੱਤਾ ਸੀ ਕਿ ਆਪਾਂ ਉਹ ਤੁਸੀਂ ਇਹ ਸਵਾਲ ਕਰਦੇ ਹੋ ਅਤੇ ਮੈਂ ਉਹਨਾਂ ਨੂੰ ਪੁੱਛਦਾ ਤੁਸੀਂ ਮੰਨਦੇ ਹੋ ਵੀ ਗੁਰੂ ਨਾਨਕ ਨੂੰ ਉਪਦੇਸ਼ ਕੀ ਦਿੱਤਾ ਅਤੇ ਉਸ ਉਪਦੇਸ਼ ਨੂੰ ਅੱਜ ਪ੍ਰਵਾਨ ਕਰਦੇ ਹਾਂ ਆਪਾਂ ਆਪਣੇ ਮਨਾਂ ਵਿੱਚ ਆਤ ਮਾਰੀਏ, ਉਪਦੇਸ਼ ਕੀ ਸੀ ਵੀ ਰੱਬ ਸਾਰੇ ਪਾਸੇ ਹੈ, ਉਪਦੇਸ਼ ਅਸੀਂ ਉਪਦੇਸ਼ ਨੂੰ ਭੁੱਲ ਗਏ ਸੀ ਅਤੇ ਉਸ ਉਹ ਜਿਹੜੀ ਉੱਥੇ ਘਟਨਾ ਹੋਈ ਉਹਦੇ 'ਤੇ ਲੜੀ ਜਾ ਰਹੇ ਹਾਂ, ਉਹਦੇ 'ਤੇ ਲਿਖਿਆ ਜਾ ਰਿਹਾ, ਉਹਦੇ 'ਤੇ ਕਲਮ ਦੀ ਜੰਗ ਚੱਲੀ ਜਾ ਰਹੀ, ਉਹਦੇ 'ਤੇ ਸ਼ਬਦਾਂ ਦੀ ਜੰਗ ਚੱਲੀ ਜਾ ਰਹੀ, ਜਿਹੜਾ ਉਪਦੇਸ਼ ਹੈ ਉਹ 'ਤੇ ਭੁੱਲ ਹੀ ਗਿਆ, ਗਲਤ ਉਪਦੇਸ਼ ਨੂੰ ਚੇਤੇ ਰੱਖਣ ਦੀ। ਸੋ ਉਪਦੇਸ਼ ਕੀ ਸੀ ਵੀ ਸਾਰਿਆਂ ਵਿੱਚ ਪਰਮਾਤਮਾ ਹੈ, ਸਾਰੇ ਦਿਸ਼ਾ ਵਿੱਚ ਦਿਸ਼ਾ ਰਵਿਆ ਪ੍ਰਭ ਏਕ, ਉੱਥੇ ਦਸੇ ਦਿਸ਼ਾ ਵੱਲ ਕਹਿੰਦੇ ਨੇ ਇੱਕੋ ਪਰਮਾਤਮਾ ਰਮਿਆ ਹੋਇਆ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਹੱਬ ਸਮਾਣੀ ਜੋਤ ਜੋ ਜਲ ਘਟਾਓ ਚੰਦਰਮਾ, ਕਹਿਣ ਲੱਗੇ ਤੁਸੀਂ ਹਜ਼ਾਰਾਂ ਘੜੇ ਰਾਤ ਦਾ ਵਕਤ ਹੋਵੇ ਅਤੇ ਪਾਣੀ ਦੇ ਭਰ ਕੇ ਰੱਖ ਦਿਓ, ਉੱਪਰ ਆਕਾਸ਼ ਵਿੱਚ ਚੰਦਰਮਾ ਹੋਵੇ ਚੰਨ ਹੋਵੇ, ਜਿਹੜੇ ਘੜੇ ਵਿੱਚ ਵੀ ਨਜ਼ਰ ਮਾਰੋਗੇ ਤੁਹਾਨੂੰ ਉਹਦਾ ਅਕਸ ਨਜ਼ਰ ਆਏਗਾ, ਤੁਹਾਨੂੰ ਉਹ ਨਜ਼ਰ ਆਏਗਾ ਕਿ ਇੱਥੇ ਚੰਦਰਮਾ ਇਸੇ ਘੜੇ ਵਿੱਚ ਵੀ, ਦੂਜੇ ਵਿੱਚ ਵੀ, ਤੀਜੇ ਵਿੱਚ ਵੀ। ਕਹਿਣ ਲੱਗੇ ਇੱਦਾਂ ਪਰਮਾਤਮਾ ਇੱਕ ਹੈ ਪਰ ਰਮਿਆ ਸਾਰਿਆਂ ਵਿੱਚ ਹੋਇਆ ਹੈ, ਸਮਾਇਆ ਸਾਰਿਆਂ ਵਿੱਚ ਹੋਇਆ ਹੈ, ਉਹ ਕਿਸੇ ਸੱਤਵੀਆਂ ਸਮਾਨ 'ਤੇ ਨਹੀਂ ਬੈਠਾ। ਸਗਲ ਬਨਸਪਤ ਮੈਂ ਬਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ। ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਹੈ, ਕੋਈ ਵੀ ਲੱਕੜ ਲੈ ਲਓ ਜਿੱਥੋਂ ਦੀ ਕਿਸੇ ਦੇਸ਼ ਵਿੱਚ ਲੱਕੜ ਹੋਵੇ, ਅਸੀਂ ਤਾਂ ਬਹੁਤ ਪਛੜੇ ਹੋਏ ਹਾਂ। ਜਦਕਿ ਮੈਂ ਤਾਂ ਜਿੱਥੋਂ ਤੱਕ ਮੈਂ ਸਮਝਦਾ ਨਾ, ਜਿਹੜਾ ਬੰਦਾ ਧਾਰਮਿਕ ਹੈ, ਧਰਮ ਨਾਲ ਜੁੜਿਆ, ਜਿਹੜੇ ਗ੍ਰੰਥ ਨੇ ਨਾ, ਉਹ ਤਾਂ ਬੜੇ ਅਗਾਂਹ ਦੀਆਂ ਗੱਲਾਂ ਕਰਦੇ ਨੇ। ਔਰ ਗੁਰੂ ਗ੍ਰੰਥ ਸਾਹਿਬ ਨੇ ਤਾਂ ਪੂਰੀ ਯੂਨੀਵਰਸ ਦੀ ਗੱਲ ਕੀਤੀ, ਇੰਨੇ ਕਮਾਲ ਦਾ ਗਿਆਨ। ਅਤੇ ਜੇਕਰ ਅਸੀਂ, ਸਾਡੀ ਮੁਸ਼ਕਲ ਇਹ ਬਣੀ, ਮੈਨੂੰ ਮਾਫ਼ ਕਰਨਾ, ਮੈਂ ਹਿਚਕਚਾਉਂਦਾ ਨਹੀਂ ਇਸ ਗੱਲ ਨੂੰ ਕਹਿਣ 'ਤੇ, ਅਸੀਂ ਨੇ ਸ਼ਰਧਾ ਦੀਆਂ ਐਨਕਾਂ ਲਾ ਕੇ ਨਾ ਅਤੇ ਉਹ ਵੇਖਣਾ ਬੰਦ ਹੀ ਕਰ ਦਿੱਤਾ। ਇੱਥੇ ਅੰਨੀ ਸ਼ਰਧਾ ਨੂੰ ਪ੍ਰਵਾਨ ਨਹੀਂ ਕੀਤਾ, ਗੁਰੂ ਸਾਹਿਬ ਨੇ ਅੰਨੀ ਸ਼ਰਧਾ ਨੂੰ ਪ੍ਰਵਾਨ ਨਹੀਂ ਕੀਤਾ। ਧਰਮ ਸੰਕੀਰਣਤਾ ਦਾ ਨਾਮ ਨਹੀਂ ਹੈ, ਧਰਮ 'ਤੇ ਸਾਨੂੰ ਸਾਰਿਆਂ ਵਿੱਚ ਪਰਮਾਤਮਾ ਵੇਖਣ ਦੀ ਗੱਲ ਕਰਦਾ ਸੀ ਅਤੇ ਵੰਡ ਲਿਆ ਵੀ ਆਹ ਜਿਹੜਾ ਇਨਸਾਨ ਹੈ ਨਾ ਇਹੋ ਜਿਹਾ, ਕੇਵਲ ਉਹੀ ਧਰਮੀ ਹੈ, ਕੇਵਲ ਉਹੀ ਉਹਦੇ ਵਿੱਚ ਹੀ ਰੱਬ ਵੱਸਦਾ ਹੈ। ਅਸੀਂ ਤਾਂ ਜਦੋਂ ਗੁਰਬਾਣੀ 'ਤੇ ਕੁਝ ਹੋਰ ਕਹਿ ਰਹੀਏ ਅਤੇ ਹਰ ਜ਼ਰੇ ਵਿੱਚ, ਮਨੁੱਖਤਾ ਵਿੱਚ ਹੀ ਨਹੀਂ, ਉਹ ਤਾਂ ਪਸ਼ੂ ਪੰਛੀਆਂ ਬਲਕਿ ਸਮੁੱਚੀ ਕਾਇਨਾਤ, ਉਹ ਵੀ ਜਿਹੜੀ ਅਦ੍ਰਿਸ਼ਟ ਦੁਨੀਆ ਹੈ, ਜਿਹੜਾ ਸਮੁੱਚੇ ਯੂਨੀਵਰਸ ਦੇ ਵਿੱਚ ਰੱਬ ਵੱਸਣ ਦੀ ਗੱਲ ਕਰਦੀ ਹੈ ਅਤੇ ਸਾਰਿਆਂ ਵਿੱਚ ਰੱਬ ਨੂੰ ਵੇਖਣ ਦੀ ਗੱਲ ਕਰਦੀ, ਗੁਰੂ ਸਾਹਿਬ ਬਾਣੀ ਕਰਦੀ, ਅਤੇ ਅਸੀਂ ਤਾਂ ਵੇਖਦੇ ਹਾਂ ਵੀ ਆ ਸਿੱਖ ਤਾਂ ਇਹਦੇ ਵਿੱਚ ਹੀ ਰੱਬ ਹੈ, ਹਿੰਦੂ ਹੈ, ਮੁਸਲਮਾਨ ਇਹਦੇ ਵਿੱਚ ਰੱਬ ਨਹੀਂ ਹੋਵੇਗਾ। ਮੈਂ ਆਪਣੀ ਅਸੀਂ ਦੂਜਿਆਂ ਦੀ ਗੱਲ ਕਰੀਏ, ਹਰ ਧਰਮ ਵਾਲਾ ਹੀ ਇੱਦਾਂ ਕਰ ਰਿਹਾ, ਉਹ ਕਹਿੰਦਾ ਆਹੀ ਧਰਮੀ ਹੈ, ਦੂਜਾ ਤਾਂ ਕਾਫਰ ਹੈ। ਜਿਹੜਾ ਇੱਧਰ ਮੇਰੇ ਮੁਤਾਬਕ ਚੱਲਦਾ ਨਾ, ਜਿਹੜਾ ਮੇਰੇ ਕਾਨੂੰਨ ਨੂੰ ਮੰਨਦਾ, ਮੇਰੇ ਧਰਮ ਨੂੰ ਮੰਨਦਾ, ਉਹੀ ਧਰਮੀ ਹੈ, ਉਹੀ ਰੱਬ ਨੂੰ ਮੰਨਦਾ। ਬਾਕੀ ਦੂਜਾ ਛੱਤੀ ਬਾਰੇ ਰੱਬ ਦੀਆਂ ਗੱਲਾਂ ਕਰੀ ਜਾਓ, ਰੱਬ ਦੀਆਂ ਗੱਲਾਂ ਨਹੀਂ ਹੈ। ਜਿਹੜਾ ਮੇਰੇ ਧਰਮ ਵਾਲੇ ਰੱਬ ਨੂੰ ਚੇਤੇ ਕਰਦਾ ਹੈ, ਇਹੀ ਕਾਰਨ ਹੈ ਧਰਮਾਂ ਦੇ ਵੱਖ ਵੱਖ ਧਰਮਾਂ ਵਿੱਚ ਨਾਮ ਵੀ ਰੱਬ ਦੇ ਵੰਡੇ ਹੋਏ ਨੇ, ਨਾਮ ਵੀ ਮਿੱਥੇ ਹੋਏ ਨੇ ਵੀ ਆਹੀ ਅਸੀਂ ਨਾਮ ਲੈਣਾ, ਸੋ ਦੂਜਾ ਨਾਮ ਅਸੀਂ ਆਪਣੀ ਜ਼ੁਬਾਨ 'ਤੇ ਨਹੀਂ ਲੈ ਕੇ ਆਉਣਾ। ਗੁਰਬਾਣੀ ਵਿੱਚ ਸਤਿਗੁਰੂ ਕਹਿੰਦੇ ਨੇ ਹੋਮ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਕਹਿਣ ਲੱਗੇ ਮੈਂ ਤਾਂ ਸਦਕੇ ਜਾਂਦੇ, ਇੱਥੇ ਖੁਦਾ ਵੀ ਸ਼ਬਦ ਵਰਤਿਆ, ਅੱਲਾ ਵੀ ਵਰਤਿਆ, ਰਾਮ ਵੀ ਆਇਆ, ਸਾਰੇ ਸ਼ਬਦ ਜਿੰਨੇ ਵੀ ਉਸ ਵੇਲੇ ਦੇ ਪ੍ਰਚਲਿਤ ਸਨ ਉਹ ਸਾਰਿਆਂ ਦਾ ਜ਼ਿਕਰ ਬਾਣੀ ਵਿੱਚ ਆਇਆ। ਕਹਿੰਦੇ ਨੇ ਮੈਨੂੰ ਕਿਸੇ ਸ਼ਬਦ ਤੋਂ ਪਰਮਾਤਮਾ ਦਾ ਕੋਈ ਵੀ ਨਾਮ ਹੋਵੇ, ਉਹ ਕਿਉਂਕਿ ਉਹਦੇ ਗੁਣਵਾਚਕ ਨਾਮ ਨੇ ਅਤੇ ਮੈਨੂੰ ਕੋਈ ਉਹਦੇ ਤੋਂ ਅਲਰਜ਼ੀ, ਕੋਈ ਸਮੱਸਿਆ ਨਹੀਂ ਹੈ, ਕਿਉਂਕਿ ਮੈਂ ਤਾਂ ਸਾਰਿਆਂ ਵਿੱਚ ਇੱਕੋ ਰੱਬ ਨੂੰ ਵੇਖਦਾ ਹਾਂ, ਇੱਕੋ ਅਕਾਲ ਪੁਰਖ ਨੂੰ ਵੇਖਦਾ ਹਾਂ। ਹੁਣ ਸਾਡੇ ਵਿੱਚ ਇਹ ਹੈ, ਸਾਡੇ ਵਿੱਚ ਇੱਥੋਂ ਤੱਕ ਸਮੱਸਿਆ ਆ ਚੁੱਕੀ ਹੈ ਵੀ ਮੈਂ ਤਾਂ ਸਿੱਖ ਦੀ ਗੱਲ ਕਰਾਂ, ਅਸੀਂ ਤਾਂ ਇੰਨੇ ਕੁ ਧੜਿਆਂ ਵਿੱਚ ਵੰਡੇ ਗਏ ਵੀ ਜਿਹੜਾ ਮੇਰੇ ਧੜੇ ਦਾ ਹੈ ਉਹੀ ਸਿੱਖ ਹੈ। ਅੱਜ ਕੱਲ੍ਹ ਤਾਂ ਗੁਰੂ ਨੇ ਤਾਂ ਇੱਕ ਸਾਡੇ 'ਤੇ ਕਿਰਪਾ ਕੀਤੀ ਸੀ, ਜਿਹੜਾ ਖੰਡੇ ਬਾਟੇ ਦੀ ਪੌਲ ਦੀ ਗੱਲ ਵੀ ਹੈ ਨਾ, ਇਹ ਸੀ ਵੀ ਸਾਰਿਆਂ ਨੂੰ ਬਰਾਬਰਤਾ, ਇੱਕੋ ਬਾਟੇ ਵਿੱਚ ਉਹ ਪੌਲ ਦੇ ਕੇ ਅਤੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਵੀ ਸਾਰੇ ਇੱਕੋ ਜਿਹੇ ਨੇ, ਕੋਈ ਫਰਕ ਨਹੀਂ ਇੱਥੇ, ਸੰਗਤ ਦੀ ਪੰਗਤ ਦੀ ਸਾਰੇ ਵਿਸ਼ੇ ਤੁਹਾਡੇ ਨਾਲ ਇੱਥੇ ਸਾਂਝੇ ਕੀਤੇ ਜਾਣੇ ਨੇ। ਅਤੇ ਹੁਣ ਤਾਂ ਉਹ ਵੀ ਵੰਡ ਲਏ ਵੀ ਆਹ ਅੰਮ੍ਰਿਤ ਮੇਰੀ ਜਥੇਬੰਦੀ ਦਾ, ਅੰਮ੍ਰਿਤ ਤੇਰੀ ਜਥੇਬੰਦੀ, ਤਾਂ ਗਾਤਰਿਆਂ ਦੇ ਰੰਗ ਵੀ ਵੰਡ ਲਏ, ਚਿੱਟਾ ਗਾਤਰਾ ਪਾਇਆ, ਨੀਲਾ ਪਾਇਆ, ਕਾਲਾ ਪਾਇਆ,
ਇਹ ਔਰੇਂਜ ਕਲਰ ਦਾ ਪਾਇਆ ਜਾਂ ਪੀਲੇ ਕਲਰ ਦਾ ਯੈਲੋ ਕਲਰ ਦਾ ਪਾਇਆ, ਇੱਥੋਂ ਪਤਾ ਲੱਗ ਜਾਂਦਾ ਹੈ, ਉਹ ਚਿੰਨ੍ਹ ਬਣਾ ਲੈ ਵੀ ਇਹ ਮੇਰੇ ਜਥੇਬੰਦੀ ਦਾ ਹੈ, ਇਹ ਗੁਰਸਿੱਖ, ਇਹਦੇ ਵਿੱਚ ਗੁਰੂ ਵੱਸਦਾ। ਸਿੱਟੇ ਆਪਣੇ ਜਥੇਬੰਦੀਆਂ ਵਿੱਚ ਹੀ ਗੁਰੂ ਜਿਹੜਾ ਉਹਦੇ ਨਾਲ ਜੁੜਿਆ ਹੋਵੇਗਾ, ਉਹਦੇ ਵਿੱਚ ਗੁਰੂ ਵੇਖਦੇ, ਦੂਜੇ ਵਿੱਚ ਤਾਂ ਵੇਖਦੇ ਹੀ ਨਹੀਂ। ਸਾਡੇ ਹਾਲਾਤ ਇਹੋ ਜਿਹੇ ਨੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਿੱਥੇ ਨੇੜੇ ਲੰਘੇ, ਜਦਕਿ ਕਰਨਾ ਤਾਂ ਸੀ ਅਸੀਂ ਸਮੁੱਚੀ ਦੁਨੀਆ ਵਿੱਚ ਇਹ ਬਾਣੀ ਦਾ ਪ੍ਰਚਾਰ ਕਰਨਾ ਸੀ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਕਹਿਣ ਲੱਗੇ ਤਾਂ ਤੂੰ ਕਿਸੇ ਤੋਂ ਬਾਹਰ ਨਜ਼ਰ ਹੀ ਨਹੀਂ ਆਉਂਦਾ। ਹੁਣ ਜਿਹੜੀ ਇਹ ਪੰਕਤੀ ਹੈ ਨਾ, ਸਤਿਗੁਰੂ ਨੇ ਬੜੇ ਕਮਾਲ ਦੀ ਇਹ ਪੰਕਤੀ ਉਚਾਰਨ ਕੀਤੀ, ਜਿਹਨੂੰ ਆਧਾਰ ਬਣਾ ਕੇ ਆਪਾਂ ਵਿਚਾਰ ਕਰ ਰਹੇ ਹਾਂ। ਉਹ ਕਹਿੰਦੇ ਨੇ ਏਕਮ, ਇੱਕੋ ਹੀ ਹੈ, ਏਕੰਕਾਰ ਨਿਰਾਲਾ। ਨਿਰਾਲਾ ਦਾ ਇੱਥੇ ਵੀ ਹੈ, ਸਰਵ ਵਿਆਪਕ ਹੈ ਪਰ ਉਹ ਸਾਡੇ ਵਰਗਾ ਨਹੀਂ ਹੈ, ਸਾਡੇ ਵਿੱਚ ਪਰ ਸਾਡੇ ਵਰਗਾ ਨਹੀਂ। ਜਿਵੇਂ ਅਸੀਂ ਔਗਣਾਂ ਨਾਲ ਭਰੇ ਹੋਏ ਹਾਂ, ਅਸੀਂ ਲਾਲਚੀ ਹਾਂ, ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਲਾਲਚੀ ਨਹੀਂ ਹੈ। ਅਸੀਂ ਤਾਂ ਰਿਸ਼ਵਤ ਲੈ ਕੇ ਅਤੇ ਕਿਸੇ ਨੂੰ ਚੰਗਾ ਸਮਝ ਲੈਂਦੇ ਹਾਂ, ਅਸੀਂ ਕੰਨਾਂ ਦੇ ਵੀ ਕੱਚੇ ਹੋ ਸਕਦੇ ਹਾਂ, ਪਰ ਪਰਮਾਤਮਾ ਇਹੋ ਜਿਹਾ ਨਹੀਂ ਹੈ। ਕਿਸੇ ਬਾਰੇ ਉਹ ਕਈ ਵਾਰੀ ਉਹ ਕਹਿੰਦੇ ਨੇ ਨਾ, ਇਸੇ ਕਰਕੇ ਨਾ ਬਾਣੀ ਵਿੱਚ ਵਰ ਸਰਾਪ ਨੂੰ ਪ੍ਰਵਾਨ ਨਹੀਂ ਕੀਤਾ ਵੀ ਮੈਂ ਤੈਨੂੰ ਸਰਾਪ ਦੇ ਦਿਆਂਗਾ। ਉਹ ਕਹਿੰਦੇ ਨੇ ਇਨਸਾਫ ਰੱਬ ਨਹੀਂ ਕਰਨਾ, ਪਰਮਾਤਮਾ ਨੇ ਕਰਨਾ। ਇਹ ਨਹੀਂ ਕਿ ਮੈਂ ਕਿਤੇ ਜ਼ਿਆਦਾ ਜੁੜਿਆ ਅਤੇ ਮੈਂ ਕਿਸੇ ਨੂੰ ਸਰਾਪ ਦੇ ਦਿਆਂਗਾ ਵੀ, ਅਤੇ ਰੱਬ ਨੇ ਤੇਰੇ ਸਰਾਪ ਨਾਲ ਨਹੀਂ, ਵੀ ਤੂੰ ਉਹਦੇ ਬਾਰੇ ਕੀ ਬੋਲਿਆ, ਉਹ ਖੁਦ ਜਾਣਦਾ ਉਹਦੇ ਬਾਰੇ, ਉਹ ਵੀ ਜਾਣਦਾ ਉਹਦੇ ਬਾਰੇ ਜਿਹਦੇ ਬਾਰੇ ਤੂੰ ਕਹਿ ਰਿਹਾ ਨਾ ਮਾੜਾ ਹੈ, ਇਹ ਹੈ, ਵੋ ਹੈ, ਇੱਦਾਂ ਹੈ, ਕਾਫਰ ਹੈ। ਪਰਮਾਤਮਾ ਨੂੰ ਤੇਰੇ ਨਾਲੋਂ ਜ਼ਿਆਦਾ ਪਤਾ ਹੈ, ਕਿਉਂਕਿ ਉਹ ਸਭ ਤੋਂ ਨੇੜੇ। ਇੱਕ ਭਗਤ ਰਵਿਦਾਸ ਨੇ ਬੜੀ ਖੂਬਸੂਰਤ ਉਦਾਹਰਣ ਦਿੱਤੀ, ਕਹਿੰਦੇ ਨੇ ਕਹਿ ਰਵਿਦਾਸ ਹੱਥ ਪੈ ਨੇੜੇ। ਸਾਡੇ ਸਰੀਰ ਦੇ, ਸਾਡੀ ਬਾਡੀ ਦੇ ਸਭ ਤੋਂ ਨੇੜੇ ਕੀ ਹੈ? ਹੱਥ। ਸਭ ਤੋਂ ਪਹਿਲਾਂ ਜਿੱਥੇ ਕੋਈ ਪ੍ਰੋਬਲਮ ਹੋਵੇ, ਮੱਛਰ ਮੱਖੀ ਲੜੇ, ਤਾਂ ਹੱਥ ਹੀ ਜਾਂਦਾ ਹੈ ਨਾ। ਅਤੇ ਕਹਿੰਦੇ ਨੇ ਹੱਥ ਤੋਂ ਵੀ ਨੇੜੇ ਹੈ ਪਰਮਾਤਮਾ, ਅਤੇ ਉਹ ਮੇਰੇ ਵੀ ਨੇੜੇ, ਤੁਹਾਡੇ ਵੀ ਸਾਰਿਆਂ ਦੇ ਉਹਨਾਂ ਨੇੜੇ ਹੈ। ਉਹ ਕਿਸੇ ਦੇ ਕਹਿਣ 'ਤੇ ਨਹੀਂ, ਉਹ ਉਹਦਾ ਆਪਣਾ ਬਣਾਇਆ ਕਿ ਸਿਸਟਮ ਹੈ, ਆਪਣੀ ਉਹਦੀ ਇੱਕ ਬਣਾਈ ਹੋਈ ਮਰਿਆਦਾ ਹੈ, ਜਿਹਨੂੰ ਕਿਹਾ ਹੈ ਨਾ ਸੱਚਾ ਆਪ ਸੱਚਾ ਦਰਬਾਰ, ਉਹਦੇ ਵਿੱਚ ਕੋਈ ਕਮੀ ਨਹੀਂ ਹੈ, ਉਹਦੇ ਵਿੱਚ ਕੋਈ। ਤਾਂ ਇਸ ਕਰਕੇ ਕਹਿੰਦੇ ਨੇ ਉਹ ਸਾਡੇ ਵਿੱਚ ਹੈ, ਪਰ ਨਿਰਾਲਾ, ਸਾਡੇ ਵਰਗਾ ਨਹੀਂ ਹੈ। ਸਾਡੇ ਵਿੱਚ ਰਹਿੰਦਿਆਂ ਹੋਇਆਂ ਵੀ ਬੜੀ ਖੂਬਸੂਰਤ ਉਹ ਜਿਹੜੀ ਟੈਗੋਰ ਦੀ ਇੱਕ ਬੜੀ ਸੁੰਦਰ ਗੱਲ ਆਉਂਦੀ ਨਾ, ਉਹ ਕਹਿੰਦੇ ਨੇ ਮੈਂ ਵੇਖਦਾ ਸੀ ਵੀ ਪਰਮਾਤਮਾ ਸਾਰਿਆਂ ਵਿੱਚ ਹੈ, ਅਤੇ ਫਿਰ ਉਹ ਦੂਸ਼ਿਤ ਕਿਉਂ ਨਹੀਂ ਹੁੰਦਾ ਸੀ, ਅਤੇ ਔਗਣਾਂ ਨਾਲ ਭਰੇ ਹੋਏ ਹਾਂ ਸਾਡੇ ਵਿੱਚ, ਤਾਂ ਇੱਦਾਂ। ਅਤੇ ਉਹ ਕਈ ਦਿਨ ਉਹਨਾਂ ਦੇ ਅੰਦਰ ਇਹ ਸੋਚ ਪੈਦਾ ਹੋਈ ਅਤੇ ਉਹ ਪਰੇਸ਼ਾਨ ਹੁੰਦੇ ਰਹੇ। ਅਤੇ ਕਹਿੰਦੇ ਨੇ ਇੱਕ ਦਿਨ ਉਹ ਜਾ ਰਹੇ ਸਨ, ਅਤੇ ਗੰਦਗੀ ਦਾ ਢੇਰ, ਕੂੜੇ ਦਾ ਢੇਰ ਲੱਗਿਆ ਹੋਇਆ ਸੀ, ਅਤੇ ਉੱਥੇ ਵੇਖ ਕੇ ਅਤੇ ਰੁਕ ਗਏ, ਕਾਫੀ ਟਾਈਮ ਰੁਕੇ ਰਹੇ, ਕੁਝ ਸੋਚਦੇ ਰਹੇ, ਅਤੇ ਫਿਰ ਕਹਿਣ ਲੱਗੇ ਮੇਰੇ ਸਵਾਲ ਦਾ ਜਵਾਬ ਮਿਲ ਗਿਆ। ਜਵਾਬ ਇਹ ਮਿਲਿਆ ਵੀ ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਉੱਤੇ ਪੈ ਰਹੀਆਂ ਨੇ, ਪਰ ਉਹ ਗੰਦਗੀ ਦੇ ਢੇਰ ਉੱਤੇ ਪੈਂਦੀਆਂ ਹੋਈਆਂ ਵੀ ਉਹ ਮੈਲੀਆਂ ਨਹੀਂ ਹੋ ਰਹੀਆਂ, ਦੂਸ਼ਿਤ ਨਹੀਂ ਹੋ ਰਹੀਆਂ, ਉਹ ਪਵਿੱਤਰ ਦੀਆਂ ਪਵਿੱਤਰ ਨੇ। ਕਹਿੰਦੇ ਨੇ ਪਰਮਾਤਮਾ ਇੱਦਾਂ ਹੀ ਹੈ, ਉਹ ਹੈ ਸਾਰਿਆਂ ਦੇ ਵਿੱਚ, ਪਰ ਹੈ ਸਾਰਿਆਂ ਤੋਂ ਨਿਰਾਲਾ, ਸਾਰਿਆਂ ਤੋਂ ਵੱਖਰਾ ਹੈ। ਕਹਿੰਦੇ ਫਿਰ ਕਹਿੰਦੇ ਨੇ ਅਮਰ, ਮੌਤ ਤੋਂ ਰਹੇ ਅਤੇ ਅਜੋਨੀ, ਉਹ ਇੱਦਾਂ ਜਿਵੇਂ ਅਸੀਂ ਜੂਨਾਂ ਵਿੱਚ ਹੋਣੇ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਜਾਤ ਨਾ ਜਾਲਾ, ਉਹਨੂੰ ਜਾਤ, ਉਹਦੀ ਕੋਈ ਜ਼ਾਤ ਨਹੀਂ ਹੈ, ਉਹਦਾ ਕੋਈ ਖਾਨਦਾਨ ਨਹੀਂ। ਅਸੀਂ ਤਾਂ ਇੱਥੇ ਵੰਡੇ ਹੋਏ ਹਾਂ ਵੀ ਇਹ ਮੇਰੇ ਖਾਨਦਾਨ ਵਿੱਚ, ਮੇਰੀ ਜ਼ਾਤ ਵਿੱਚ, ਅਤੇ ਇਹ ਜ਼ਿਆਦਾ ਰੱਬ ਦੇ ਨੇੜੇ ਹੈ, ਇਹਨੂੰ ਮੈਂ ਜ਼ਿਆਦਾ ਚੰਗਾ ਸਮਝਦਾ। ਮੈਂ ਤਾਂ ਇੱਥੋਂ ਤੱਕ ਜਦੋਂ ਵਿਦੇਸ਼ਾਂ ਵਿੱਚ ਜਾਂਦਾ ਨਾ, ਉੱਥੇ ਜਿਹੜੇ ਅੱਜ ਸਾਡੇ ਅੰਦਰ ਸਮੱਸਿਆਵਾਂ ਨਾ, ਧਰਮਾਂ, ਪਹਿਲਾਂ ਤਾਂ ਧਰਮਾਂ ਦੇ ਨਾਮ 'ਤੇ ਅਸਥਾਨ ਵੱਖਰੇ ਵੱਖਰੇ ਰੱਬ ਦੇ, ਫਿਰ ਜ਼ਾਤਾਂ ਦੇ ਨਾਮ 'ਤੇ ਅਸਥਾਨ ਵੱਖਰੇ ਵੱਖਰੇ। ਸਾਡੇ ਵਾਸਤੇ ਇੱਕ ਬਹੁਤ ਹੀ ਸਿਰ ਨੀਵਾਂ ਕਰਨ ਵਾਲੀ ਗੱਲ ਹੈ, ਜਿਹੜੇ ਜਾਤਾਂ ਦੇ ਨਾਮ 'ਤੇ ਗੁਰਦੁਆਰੇ ਬਣੇ ਨੇ, ਇਹ ਸਾਡੇ ਵਾਸਤੇ ਬੜੀ ਸ਼ਰਮਨਾਕ ਗੱਲ, ਕਿ ਉਹ ਗੁਰਬਾਣੀ ਨਹੀਂ ਮੰਨਦੀ ਉਸ ਗੱਲ ਨੂੰ। ਅਸੀਂ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਪ੍ਰਕਾਸ਼ ਕਰ ਦਿੱਤਾ ਹੋਇਆ, ਸਿਰਫ ਆਪਣੀ ਚੌਧਰ ਦੇ ਵਾਸਤੇ। ਅਤੇ ਉਹ ਇੱਥੋਂ ਤੱਕ ਵੀ ਜਦੋਂ ਮੈਂ ਜਾਂਦਾ ਕਨੇਡਾ ਅਮਰੀਕਾ, ਅਤੇ ਉਹ ਪੁੱਛਦੇ ਕਿਹੜੇ ਗੁਰਦੁਆਰੇ, ਉਹਨਾਂ ਕਿਹਨਾਂ ਨੇ ਤੁਹਾਨੂੰ ਸੱਦਾ ਪੱਤਰ ਭੇਜਿਆ ਸੀ ਜੀ ਫਲਾਣਾ, ਫਿਰ ਤੂੰ ਸਾਡੇ ਗੁਰਦੁਆਰੇ, ਤੂੰ ਜੱਟਾਂ ਦੇ ਗੁਰਦੁਆਰੇ ਆ, ਤੂੰ ਰਾਮਗੜੀਆਂ ਦੇ ਨਹੀਂ ਆ। ਜੇ ਉਹਨਾਂ ਜੋ ਕਹਿੰਦੇ ਨਾ, ਨਾਲ ਜੀ ਥੋੜ੍ਹੀ ਕਿਲੋਮੀਟਰ ਨਾ ਰਾਮਗੜੀਆਂ ਦਾ ਗੁਰਦੁਆਰਾ, ਪਰ ਸਾਡੀ ਸ਼ਰਤ ਤੁਸੀਂ ਉੱਥੇ ਨਹੀਂ ਜਾਣਾ ਹੋਵੇਗਾ, ਸਾਡੀ ਸ਼ਰਤ ਤੁਸੀਂ ਪ੍ਰਚਾਰਕਾਂ ਦੇ ਉੱਤੇ ਉੱਥੇ ਪਾਬੰਦੀਆਂ। ਹੁਣ ਇਹ ਲੜਾਈਆਂ ਅਸੀਂ ਲੜ ਰਹੇ ਹਾਂ ਉੱਥੇ ਵੀ ਜਾ ਕੇ, ਵੀ ਇੱਕ ਲੜਾਈ ਦਾ ਮਤਲਬ ਉਹ ਨਹੀਂ ਕਿ ਅਸੀਂ ਫਾਈਟ ਕਰਨੀ, ਵਿਚਾਰਾਂ ਦੀ ਲੜਾਈ ਜਿਹੜੀ ਹੈ, ਕਲਮ ਦੀ ਜਾਂ ਸਮਝਾਉਣ ਦੀ ਗੱਲ ਹੈ ਜਿਹੜੀ। ਤਾਂ ਇਹ ਕਿਉਂਕਿ ਅਸੀਂ ਉੱਥੇ ਗੁਰੂ ਨੂੰ ਵੇਖ ਰਹੇ ਹਾਂ, ਦੂਜੇ ਪਾਸੇ ਗੁਰੂ ਨੂੰ ਨਹੀਂ ਵੇਖ ਰਹੇ। ਅਸੀਂ ਗੁਰਦੁਆਰੇ ਵੰਡੇ ਹੋਏ ਨੇ, ਕਿਹੜੇ ਗੁਰਦੁਆਰੇ ਵਿੱਚ ਕਦੋਂ ਗੁਰੂ ਦਾ ਪ੍ਰਕਾਸ਼ ਹੁੰਦਾ, ਕਿਹੜੇ ਗੁਰਦੁਆਰੇ ਵਿੱਚ ਕਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਅਸੀਂ ਉਹ ਵੀ ਵੰਡਿਆ ਹੋਵੇ ਵੀ ਮੰਗਲਵਾਰ ਉੱਥੇ ਅਤੇ ਐਤਵਾਰ ਉੱਥੇ, ਸ਼ਨੀਵਾਰ ਉੱਥੇ, ਉੱਥੇ ਜ਼ਿਆਦਾ ਗੁਰੂ ਵੱਸਦਾ ਹੈ।
ਜਦੋਂ ਅਸੀਂ ਖੋਜਤ ਖੋਜਤ ਘੱਟ ਘੱਟ ਦੇਖਿਆ ਦੀ ਗੱਲ ਸਮਝ ਲਵਾਂਗੇ ਨਾ, ਫਿਰ ਸਾਡੇ ਮਨਾਂ ਵਿੱਚੋਂ ਇਹ ਜਿਹੜੇ ਪਣੇ ਬਣੇ ਹੋਏ ਭਰਮ ਨੇ ਨਾ, ਇਹ ਅੰਧ ਵਿਸ਼ਵਾਸ ਨੇ, ਇਹ ਸਾਡੇ ਮਨਾਂ ਵਿੱਚੋਂ ਨਿਕਲ ਜਾਣਗੇ। ਗੁਰੂ ਕਹਿੰਦਾ ਹੈ ਅਮਰ ਅਜੋਨੀ ਜਾਤ ਨਾ ਜਾਲਾ, ਉਹਨੂੰ ਕੋਈ ਜੰਜਾਲ ਜਾਲ ਜਾਲ ਤੋਂ ਭਾਵ ਬੰਧਨ, ਆ ਜਿਹੜੇ ਮਾਇਆ ਦੇ ਪਦਾਰਥਾਂ ਦੇ ਬੰਧਨ ਉਹਨੂੰ ਨਹੀਂ ਹਨ। ਅਤੇ ਉਹ ਪਰਮਾਤਮਾ ਹੈ ਕੀ ਕਹਿੰਦੇ ਨੇ, ਅਗਾਮਾ ਗੋਚਰ, ਪਰੇ ਤੋਂ ਪਰੇ, ਸਾਡੇ ਇੰਦਰੀਆਂ ਦੇ ਪਹੁੰਚ ਤੋਂ ਪਰੇ। ਉਹਦੇ ਕੋਲ ਰੂਪ ਰੇਖ ਨੇ, ਉਹ ਕੋਈ ਫੋਰਮ ਨਹੀਂ ਹੈ ਉਹਦੀ, ਰੂਪ ਨਾ ਰੇਖੇ ਆ। ਅਤੇ ਕਹਿੰਦੇ ਨੇ ਹੈ ਕਿੱਥੇ, ਕਹਿੰਦੇ ਨੇ ਖੋਜਤ ਖੋਜਤ, ਜਦੋਂ ਮੈਂ ਖੋਜ ਕੀਤੀ ਤਾਂ ਕਿੱਥੇ ਲੱਭਿਆ ਉਹਨੂੰ, ਘੱਟ ਘੱਟ ਵੇਖੇ ਆ। ਜਦੋਂ ਖੋਜ ਕੀਤੀ ਨਾ, ਜਦੋਂ ਭਾਲ ਕੀਤੀ ਉਸ ਪਰਮਾਤਮਾ ਦੀ, ਅਤੇ ਭਾਲ ਕੇ ਤਾਂ ਬਾਹਰ ਜਾ ਕੇ ਨਹੀਂ, ਉਹ ਗੱਲ ਕਹਿ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਨੇ, ਕਾਹੇ ਰੇ ਬਨ ਖੋਜਣ ਜਾਈ, ਜੰਗਲਾਂ ਵਿੱਚ ਲੱਭਣ ਕਿਉਂ ਜਾ ਰਿਹਾ ਹੈ, ਤੀਰਥਾਂ 'ਤੇ ਲੱਭਣ ਕਿਉਂ ਜਾ ਰਿਹਾ ਹੈ, ਕਿਸੇ ਖਾਸ ਸਥਾਨਾਂ 'ਤੇ ਜਿਹੜੇ ਅਸਥਾਨ ਜਿਹੜੇ ਬਣੇ ਨਾ, ਇਹ ਭੁਲੇਖਾ ਅੱਜ ਮਨਾਂ ਵਿੱਚੋਂ ਕੱਢ ਦਈਏ ਕਿ ਰੱਬ ਦੇ ਘਰ ਨੇ, ਰੱਬ ਦਾ ਘਰ ਅਤੇ ਸਮੁੱਚਾ ਬ੍ਰਹਿਮੰਡ ਹੈ। ਧਾਰਮਿਕ ਅਸਥਾਨ ਇਸ ਕਰਕੇ ਬਣਾਏ ਗਏ ਸਨ ਤਾਂ ਕਿ ਉੱਥੋਂ ਧਰਮ ਦੀ ਸਿੱਖਿਆ ਦਿੱਤੀ ਜਾ ਸਕੇ, ਉੱਥੋਂ ਨੌਲੇਜ ਲੈਣ ਵਾਸਤੇ ਜਾਣਾ। ਤਾਂ ਆਖਿਆ ਗੁਰੂ ਨੇ ਵੀ ਜਿਹੜਾ ਗੁਰਦੁਆਰਾ ਕਾਹਦੇ ਵਾਸਤੇ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਕਹਿੰਦੇ ਨੇ ਗੁਰਦੁਆਰੇ ਤੋਂ ਸੋਝੀ ਲੈਣੀ ਹੈ, ਮੰਦਰ ਵਿੱਚ ਜਾ ਸੋਝੀ ਲੈ, ਪੂਜਾ ਦੇ ਸਥਾਨ ਨਹੀਂ ਹਨ। ਇਹ ਤਾਂ ਹਰ ਧਰਮ ਦੀ ਸਮੱਸਿਆ ਹੈ, ਜਿਹੜਾ ਵਿੱਚ ਪੁਜਾਰੀ ਬੈਠਾ ਨਾ, ਵਿਚੋਲਾ ਬਣ ਗਿਆ ਸਾਡੇ ਅਤੇ ਰੱਬ ਦੇ ਵਿਚਕਾਰ, ਇੱਕ ਪੁਜਾਰੀ ਬਹਿ ਗਿਆ। ਹਰ ਧਰਮ ਦੇ ਵਿੱਚ ਮੰਦਰ ਦੇ ਵਿੱਚ ਬ੍ਰਾਹਮਣ ਪੁਜਾਰੀ ਹੈ, ਗੁਰਦੁਆਰੇ ਵਿੱਚ ਗ੍ਰੰਥੀ ਪੁਜਾਰੀ ਬਣ ਕੇ ਬੈਠਾ ਹੋਇਆ, ਮਸੀਤ ਵਿੱਚ ਕੋਈ ਕਾਜ਼ੀ ਬੈਠਾ, ਮੁੱਲਾ ਬੈਠਾ ਹੋਏਗਾ। ਉਹਨੇ ਤੁਹਾਡੇ ਮਨਾਂ ਵਿੱਚ, ਸਾਡੇ ਮਨਾਂ ਵਿੱਚ ਪੂਜਾ ਦੇ ਸਥਾਨ ਬਣਾ ਦਿੱਤੇ ਉਹਨਾਂ ਨੂੰ, ਵੀ ਇੱਥੇ ਆਓ ਅਤੇ ਮਾਇਆ ਚੜਾਓ ਅਤੇ ਇਹ ਕਰੋ ਵੋ ਕਰੋ, ਪਦਾਰਥਾਂ ਵਾਲੇ ਪਾਸੇ ਤੋਰ ਦਿੱਤਾ। ਜਦਕਿ ਕੇਂਦਰ ਜਿਹੜੇ ਜਦੋਂ ਬਣੇ, ਇਹਨਾਂ ਦੇ ਪਿੱਛੇ ਬਣਾਉਣ ਵਾਲਿਆਂ ਦੀ ਸੋਚ ਇਹ ਸੀ ਵੀ ਇਹ ਸਕੂਲ ਨੇ, ਇੱਥੋਂ ਵਿੱਦਿਆ ਲੈਣੀ, ਇੱਥੋਂ ਗਿਆਨ ਲੈਣਾ ਹੈ, ਇੱਥੋਂ ਸੋਝੀ ਪ੍ਰਾਪਤ ਕਰਨੀ ਹੈ। ਧਾਰਮਿਕ ਸਥਾਨ ਸੋਝੀ ਪ੍ਰਾਪਤ ਕਰਨ ਵਾਸਤੇ ਨੇ, ਨਾ ਕਿ ਰੱਬ ਨੂੰ ਲੱਭਣ ਵਾਸਤੇ ਨੇ। ਅਤੇ ਅਸੀਂ ਤੁਰੇ ਹੋਏ ਹਾਂ, ਅਸੀਂ ਵੀ ਤਾਂ ਖਾਸ ਥਾਵਾਂ 'ਤੇ ਮੰਨਦੇ ਹਾਂ ਵੀ ਉੱਥੇ ਗੁਰੂ ਰਹਿੰਦਾ ਹੈ, ਫਲਾਣੇ ਤੀਰਥ 'ਤੇ ਫਲਾਣੇ ਗੁਰਦੁਆਰੇ ਗੁਰੂ ਬੈਠੇ, ਉੱਥੇ ਜਾ ਕੇ ਗੁਰੂ ਦੇ ਦਰਸ਼ਨ ਹੁੰਦੇ ਨੇ। ਹੇਮਕੁੰਡ ਜਾਈਏ ਤਾਂ ਹੀ ਗੁਰੂ ਗੋਬਿੰਦ ਸਿੰਘ ਮਿਲੇਗਾ, ਬਾਕੀ ਇੱਥੇ ਤਾਂ ਹੈ ਹੀ ਕੋਈ ਨਹੀਂ। ਜਿੰਨੀ ਦੇਰ ਤੁਸੀਂ ਉੱਥੇ, ਗੱਲਾਂ ਪ੍ਰਚਲਿਤ ਨੇ ਨਾ, ਅਸੀਂ ਵੀ ਪ੍ਰਚਲਿਤ ਕੀਤੀਆਂ ਵੀ 60 ਸਾਲ ਤੱਕ ਨੰਦੇੜ ਗੁਰੂ ਗੋਬਿੰਦ ਸਿੰਘ ਮਹਾਰਾਜ ਉਡੀਕਦੇ ਨੇ, ਉਸ ਤੋਂ ਬਾਅਦ ਉਹ ਕਹਿੰਦੇ ਨੇ ਜਿਹੜੇ ਇੱਥੇ ਨੇ ਉਹ ਮੇਰਾ ਸਿੱਖ ਹੀ ਨਹੀਂ ਹੈਗਾ। ਕਮਾਲ ਹੋ ਗਈ, ਕਿਸੇ ਨੇ ਅਮਰੀਕਾ ਕੈਨੇਡਾ ਜੋ ਉੱਥੋਂ ਸਿੱਖ ਬਣਨਾ ਹੋਵੇ, ਤਾਂ ਬਹੁਤ ਲੋਕ ਬਣੇ, ਉਹਨਾਂ ਨੂੰ ਵੀਜ਼ਾ ਨਾ ਮਿਲੇ, ਉਹ ਆ ਨਾ ਸਕਣ ਕਿਸੇ ਕਾਰਨ, ਜਾਂ ਜਿਹੜਾ 60 ਸਾਲ ਤੋਂ ਬਾਅਦ ਜਿਹਨੂੰ ਸਮਝ ਆਵੇ ਸਿੱਖੀ ਦੀ, ਕਈਆਂ ਨੂੰ ਆਉਂਦੀ ਬਾਅਦ ਵਿੱਚ, ਅਤੇ ਫਿਰ ਉਹ ਤਾਂ ਸਿੱਖ ਹੀ ਨਾ ਹੋਇਆ ਨਾ। ਇਹ ਗੁਰੂ ਨੇ ਨਹੀਂ ਕਿਹਾ, ਇਹ ਗੁਰੂ ਨੇ ਨਹੀਂ ਆਖਿਆ, ਇਹ ਅਸੀਂ ਪ੍ਰਚਲਿਤ ਕੀਤੀਆਂ ਇਹ ਗੱਲਾਂ। ਅਸੀਂ ਕਿਹਾ ਵੀ ਗੁਰੂ ਉੱਥੇ ਬੈਠਾ ਹੋਇਆ, ਤਾਂ ਇਸ ਕਰਕੇ ਉਹ ਕਹਿੰਦੇ ਨੇ ਵੀ ਇਹ ਗੁਰੂ ਦਾ ਗਿਆਨ ਪ੍ਰਾਪਤ ਕਰਨ ਦੇ ਇਹ ਤਰੀਕੇ ਤਾਂ ਹੋ ਸਕਦੇ ਨੇ, ਜਗ੍ਹਾ 'ਤੇ ਹੋ ਸਕਦੇ ਨੇ, ਪਰ ਕਹਿੰਦੇ ਨੇ ਕਾਹੇ ਰੇਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ ਪੋਹਪ ਮਧ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਫੁੱਲ ਵਿੱਚ ਜਿਵੇਂ ਖੁਸ਼ਬੂ ਹੈ ਮਹਿਕ ਹੈ, ਹੁਣ ਨਜ਼ਰ ਤਾਂ ਨਹੀਂ ਆ ਰਹੀ ਨਾ ਪਰ ਹੈ, ਮੁਕਰ ਮਾਹੇ ਸ਼ੀਸ਼ੇ ਦੇ ਵਿੱਚ ਜਿਵੇਂ ਸਾਡੀ ਪਰਛਾਈ ਸ਼ੀਸ਼ੇ ਸਾਹਮਣੇ ਹੋਵਾਂਗੇ, ਕਦੇ ਆਪਾਂ ਸੋਚੀਏ ਵੀ ਉਹ ਪਰਛਾਈ ਆਉਂਦੀ ਕਿੱਥੋਂ ਹੈ, ਸ਼ੀਸ਼ੇ ਵਿੱਚ ਤਾਂ ਹੈ ਨਹੀਂ। ਜਦੋਂ ਅਸੀਂ ਸਾਹਮਣੇ ਹੁੰਦੇ ਹਾਂ ਤਾਂ ਕਹਿੰਦੇ ਨੇ ਸ਼ੀਸ਼ੇ ਵਿੱਚ ਜਿਵੇਂ ਪਰਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਬਿਨਾਂ ਕਿਸੇ ਅੰਤਰ ਤੋਂ, ਬਿਨਾਂ ਕਿਸੇ ਫਰਕ ਤੋਂ। ਉਹ ਫਰਕ ਨਹੀਂ ਕਰਦਾ ਵੀ ਇਹ ਜੈਨੀ, ਬੋਧੀ, ਹਿੰਦੂ, ਮੁਸਲਮਾਨ, ਕ੍ਰਿਸਚਨ, ਇੱਕ ਕੌਣ ਹੈ, ਫਰਕ ਅਸੀਂ ਜੇ ਅਸੀਂ ਰੱਬ ਨਾਲ ਜੁੜੇ ਹੋਵਾਂਗੇ ਅਸੀਂ ਵੀ ਨਹੀਂ ਕਰਾਂਗੇ। ਗੁਰੂ ਨੇ ਨਹੀਂ ਕੀਤਾ ਫਰਕ, ਗੁਰੂ ਨੇ ਫਰਕ ਮਿਟਾਏ ਸਨ, ਅਸੀਂ ਫਰਕ ਪਾ ਲਿਆ ਆਪਣੇ ਮਨਾਂ, ਸਾਡੇ ਦਿਲਾਂ ਵਿੱਚ ਫਰਕ ਨੇ, ਸਾਡੇ ਦਿਲਾਂ ਵਿੱਚ ਫਰਕ ਨੇ। ਗੁਰੂ ਕਹਿੰਦਾ ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਕਹਿੰਦੇ ਨੇ ਉਹਦੀ ਖੋਜ ਕਿੱਥੋਂ ਕਰੋ, ਘੱਟ ਆਪਣੇ ਅੰਦਰੋਂ। ਅਤੇ ਕਹਿੰਦੇ ਨੇ ਜਦੋਂ ਖੋਜ ਕੀਤੀ ਤਾਂ ਕਹਿੰਦੇ ਨੇ ਖੋਜ ਘੱਟ ਘੱਟ ਦੇਖੇ ਆ ਹਰ ਥਾਂ 'ਤੇ। ਬੜੀ ਖੂਬਸੂਰਤ ਇੱਕ ਗੱਲ ਅਤੇ ਬੜੇ ਪਿਆਰੇ ਢੰਗ ਨਾਲ ਸਮਝਾਈ। ਮੈਂ ਬਹੁਤ ਵਾਰੀ ਬੇਨਤੀ ਕਰਦਾ ਵੀ ਗੁਰਬਾਣੀ ਵਿੱਚ ਨਾ ਬਹੁਤ ਵਾਰੀ ਸਤਿਗੁਰੂ ਨੇ ਉਹ ਬਿੰਬ ਵਰਤੇ ਨੇ। ਬਿੰਬ ਜਿਵੇਂ ਇੱਕ ਮੰਨ ਲਓ ਕਿ ਕੋਈ ਤਸਵੀਰ ਪੇਂਟਰ ਹੈ, ਪ੍ਰਤੀਕ, ਜਿਹੜਾ ਕੋਈ ਪੇਂਟਰ ਹੈ ਜਦੋਂ ਉਹਦੇ ਅੰਦਰ ਕੋਈ ਖਿਆਲ ਆਉਂਦਾ ਨਾ, ਤਾਂ ਬੁਰਸ਼ ਰੰਗ ਚੁੱਕਦਾ ਅਤੇ ਤਸਵੀਰ ਇੱਕ ਪੇਂਟਿੰਗ ਬਣਾ ਦਿੰਦਾ, ਅਤੇ ਪੇਂਟਿੰਗ ਵਿੱਚ ਇੱਕ ਪੂਰੀ ਕਹਾਣੀ ਹੁੰਦੀ ਹੈ। ਸਿਆਣਾ ਪੇਂਟਰ ਉਹੀ ਜਿਹੜਾ ਛੋਟੀ ਜਿਹੀ ਪੇਂਟਿੰਗ ਦੇ ਵਿੱਚ ਬੜੀ ਵੱਡੀ ਕਹਾਣੀ ਬਿਆਨ ਕਰੇ, ਉਹ ਪੇਂਟਰ ਕਰਦਾ। ਅਤੇ ਇੱਕ ਕਵੀ ਜਿਹੜਾ ਹੈ ਉਹ ਬੁਰਸ਼ ਨਹੀਂ ਚੁੱਕਦਾ, ਉਹ ਕਲਮ ਚੁੱਕਦਾ ਅਤੇ ਲਿਖ ਦਿੰਦਾ, ਅਤੇ ਉਹਦੀ ਲਿਖਤ ਵਿੱਚ ਇੱਕ ਤਸਵੀਰ ਹੁੰਦੀ ਹੈ।
ਉਹਦੀ ਲਿਖਤ ਪੜ੍ਹਦਿਆਂ ਸਾਡੇ ਸਾਹਮਣੇ ਜਦੋਂ ਤਸਵੀਰ ਆ ਜਾਂਦੀ ਉਹਨੂੰ ਕਹਿੰਦੇ ਨੇ ਪ੍ਰਤੀਕ ਜਾਂ ਬਿੰਬ ਉਹ ਕਾਵਿ ਦੇ ਸ਼ਬਦਾਂ ਦੇ ਵਿੱਚ। ਅਤੇ ਭਗਤ ਨਾਮਦੇਵ ਨੇ ਬੜਾ ਪਿਆਰਾ ਬਿੰਬ ਬੜੇ ਪਿਆਰੇ ਪ੍ਰਤੀਕ ਵਰਤ ਕੇ ਰੱਬ ਦੀ ਸਰਵ ਵਿਆਪਕਤਾ ਦੇ ਬਾਰੇ ਬੜਾ ਸੁੰਦਰ ਸਮਝਾਇਆ। ਕਹਿਣ ਲੱਗੇ ਮੈਨੂੰ ਨਾ ਕਿਸੇ ਨੇ ਕਹਿ ਦਿੱਤਾ ਵੀ ਪਰਮਾਤਮਾ ਨੂੰ ਪਾਉਣਾ ਹੈ, ਰੱਬ ਨੂੰ ਖੁਸ਼ ਕਰਨਾ ਹੈ, ਅਤੇ ਉਹ ਇੱਦਾਂ ਕਰ ਬਈ ਪਰਮਾਤਮਾ ਤਾਂ ਖੁਸ਼ ਹੁੰਦਾ ਵੀ ਸਵੇਰੇ ਜਲਦੀ ਉਲਠੀ ਅਤੇ ਇੱਕ ਕੋਰਾ ਘੜਾ ਲੈ ਕੇ ਨਵਾਂ ਮਟਕਾ ਲੈ ਕੇ ਨਦੀ 'ਤੇ ਜਾ ਕੇ ਪਾਣੀ ਦਾ ਭਰ ਕੇ ਲਿਆ ਅਤੇ ਪਾਣੀ ਦਾ ਭਰ ਕੇ ਲਿਆ ਕੇ ਰੱਬ ਜੀ ਦਾ ਮੂਰਤੀ ਜਿਹੜੀ ਹੈ ਨਾ ਭਗਵਾਨ ਜੀ ਦੀ ਮੂਰਤੀ ਉਹਦਾ ਇਸ਼ਨਾਨ ਕਰਵਾ ਅਤੇ ਪਰਮਾਤਮਾ ਬੜਾ ਖੁਸ਼ ਹੋਵੇਗਾ ਤੇਰੇ ਉੱਤੇ। ਕਹਿੰਦੇ ਨੇ ਮੈਂ ਉਹਦੀ ਗੱਲ ਮੰਨ ਲਈ, ਆਨੀ ਲੈ ਕੁੰਭ, ਕੁੰਭ ਲੈ ਆਉਂਦਾ, ਘੜਾ ਲੈ ਆਉਂਦਾ, ਭਰਾਏ ਲਈ ਉਦਕ, ਉਦਕ ਕਹਿੰਦੇ ਨੇ ਪਾਣੀ ਨੂੰ, ਕਾਹਦੇ ਵਾਸਤੇ ਠਾਕੁਰ ਕੋ ਇਸ਼ਨਾਨ ਕਰੂੰ, ਠਾਕੁਰ ਜੀ ਦਾ ਇਸ਼ਨਾਨ ਕਰਵਾਉਣ ਵਾਸਤੇ, ਤਾਂ ਵੀ ਰੱਬ ਮੇਰੇ 'ਤੇ ਖੁਸ਼ ਹੋ ਜਾਵੇ ਵੀ ਮੈਂ ਠਾਕੁਰ ਜੀ ਦਾ ਇਸ਼ਨਾਨ ਕਰਵਾਇਆ ਹੈ। ਅਤੇ ਕਹਿਣ ਲੱਗੇ ਜਦੋਂ ਮੈਂ ਪਾਣੀ ਭਰਨ ਤੁਰਿਆ ਅਤੇ ਪਾਣੀ ਵਿੱਚ ਸਨ ਮੱਛੀਆਂ, ਡੱਡੂ, ਹੋਰ ਕਈ ਪ੍ਰਕਾਰ ਦੇ ਜੀਵ ਜੰਤੂ। ਅਤੇ ਕਹਿੰਦੇ ਨੇ ਮੈਂ ਸੁਣਿਆ ਹੋਇਆ ਸੀ ਵੀ 84 ਲੱਖ ਜੂਨਾਂ, ਪ੍ਰਚਲਿਤ ਗੱਲਾਂ ਦਾ ਜ਼ਿਕਰ, 84 ਲੱਖ ਜੂਨਾਂ ਨੇ, ਅੱਧੀਆਂ ਧਰਤੀ ਅਤੇ ਅੱਧੀਆਂ ਪਾਣੀ ਵਿੱਚ ਨੇ। ਅਤੇ ਕਹਿੰਦੇ ਨੇ ਭਗਤ ਨਾਮਦੇਵ ਕਹਿਣ ਲੱਗੇ 42 ਲੱਖ ਜੀ ਜਲ ਮੈਂ ਵੈਸੇ ਬੀਠਲ ਪਹਿਲਾ ਕਾਹੇ ਕਰੋ। ਕੱਲ੍ਹ ਡਾਕਟਰ ਜਸਪਾਲ ਸਿੰਘ ਨੇ ਬੀਠਲ ਦੀ ਗੱਲ ਕੀਤੀ ਸੀ ਵੀ ਬਾਣੀ ਵਿੱਚ ਬੀਠਲ ਸ਼ਬਦ ਰੱਬ ਵਾਸਤੇ ਆਇਆ। ਕਹਿੰਦੇ ਨੇ ਉਹਨਾਂ ਵਿੱਚ ਕੌਣ ਸੀ, ਉਹ ਤਾਂ ਆਪੇ ਇਸ਼ਨਾਨ ਕਰ ਰਿਹਾ ਅਤੇ ਮੈਂ ਕਿਹੜੇ ਰੱਬ ਨੂੰ ਇਸ਼ਨਾਨ ਕਰਵਾਉਣ ਤੁਰਿਆ ਹੋਇਆ, ਬੀਠਲ ਪਹਿਲਾਂ ਕਾਹੇ ਕਰੋ। ਫਿਰ ਕਹਿਣ ਲੱਗੇ ਨੇ ਇੱਦਾਂ ਨਹੀਂ ਤਾਂ ਤੂੰ ਇੱਦਾਂ ਕਰ ਵੀ ਇੱਕ ਫੁੱਲਾਂ ਦੀ ਮਾਲਾ ਲੈ ਕੇ ਆ, ਉਹਨੂੰ ਫੁੱਲਾਂ ਨੂੰ ਪਰੋ, ਫਿਰ ਰੱਬ ਜੀ ਦੇ ਅਰਪਣ ਕਰ, ਚੜ੍ਹਾ ਫੁੱਲ ਜਾ ਕੇ, ਪਰਮਾਤਮਾ ਤੇਰੇ 'ਤੇ ਬੜਾ ਖੁਸ਼ ਹੋਵੇਗਾ। ਕਹਿੰਦੇ ਨੇ ਮੈਂ ਇੱਦਾਂ ਵੀ ਕੀਤਾ, ਅੰਨੀ ਲੈ ਫੂਲ, ਪਰੋਈ ਲੈ ਮਾਲਾ, ਉਹਦੀ ਮਾਲਾ ਪਰੋ ਲਈ ਠਾਕੁਰ ਜੀ ਨੂੰ ਚੜ੍ਹਾਉਣ ਦੇ ਵਾਸਤੇ। ਅਤੇ ਕਹਿੰਦੇ ਨੇ ਪਹਿਲੇ ਬਾਸ ਲਈ ਹੈ ਭਵਰੇ, ਬੀਠਲ ਪਹਿਲਾਂ ਕਾਹੇ ਕਰੋ। ਕਹਿਣ ਲੱਗੇ ਭਵਰੇ ਨੇ ਅਤੇ ਬਾਸ ਪਹਿਲਾਂ ਲੈ ਲਿਓ, ਅਤੇ ਫੁੱਲ ਕਹਿੰਦੇ ਨੇ ਸੁੱਚਾ ਚਾਹੀਦਾ, ਕਹਿੰਦਾ ਸੁੱਚਾ ਤਾਂ ਇਹਨੇ ਭਵਰਾ, ਅਤੇ ਪਹਿਲੇ ਬਾਸ ਲੈ ਗਿਆ ਅਤੇ ਭਰਵੇ ਵਿੱਚ ਕੌਣ ਬੈਠਾ ਸੀ, ਉਹ ਤਾਂ ਭਵਰੇ ਵਿੱਚ ਵੀ ਰੱਬ ਨੂੰ ਵੇਖ ਰਹੇ ਨੇ, ਉਹ ਤਾਂ ਮੱਛੀ ਵਿੱਚ ਵੀ ਰੱਬ ਨੂੰ ਵੇਖ ਰਹੇ ਨੇ, ਉਹ ਤਾਂ ਹਰ ਜੀਵ ਦੇ ਵਿੱਚ। ਸਤਿਗੁਰੂ ਨਾਨਕ ਕਹਿੰਦੇ ਨੇ ਬੋਲ ਜੋ ਬੋਲ ਤਹੇ ਮਿਰਗ ਮੀਨ ਪਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਤਾਂ ਹਰ ਜ਼ਰੇ ਜ਼ਰੇ ਵਿੱਚ ਇਹ ਨਜ਼ਰੀਆ ਸਤਿਗੁਰ ਨੇ ਸਾਨੂੰ ਦਿੱਤਾ। ਕਹਿੰਦੇ ਨੇ ਉਹਦੇ ਵਿੱਚ ਵੀ ਭਵਰਾ ਬੈਠਾ ਅਤੇ ਅਸੀਂ ਵੀ ਉਹੀ ਕੰਮ ਕਰ ਰਹੇ ਹਾਂ, ਫੁੱਲ ਅਤੇ ਫੁੱਲ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਈ ਵਾਰੀ ਲੱਦਿਆ ਜਾਂਦਾ ਹੈ, ਰੁਮਾਲਿਆਂ ਦੇ ਉੱਤੇ ਫੁੱਲ ਅਤੇ ਫੁੱਲ, ਮਾਲਾ ਅਤੇ ਮਾਲਾ, ਵੀ ਸ਼ਾਇਦ ਗੁਰੂ ਬੜਾ ਖੁਸ਼ ਹੁੰਦਾ ਹੋਵੇਗਾ। ਵਿੱਚ ਕੀ ਲਿਖਿਆ ਹੋਇਆ ਉਹ ਅਸੀਂ ਨਹੀਂ ਪੜ੍ਹਨਾ, ਬਾਣੀ ਦੇ ਵਿੱਚ ਕੀ ਲਿਖਿਆ ਹੋਇਆ। ਅਤੇ ਅੱਗੇ ਕਹਿਣ ਲੱਗੇ ਜਦੋਂ ਇਸ ਤਰ੍ਹਾਂ ਕੀਤਾ ਅਤੇ ਕਹਿਣ ਲੱਗੇ ਫਿਰ ਇਹ ਇੱਕ ਹੋਰ ਗੱਲ, ਕਹਿੰਦੇ ਨੇ ਇੱਦਾਂ ਨਹੀਂ ਤਾਂ ਤੂੰ ਐਂ ਕਰ ਵੀ ਦੁੱਧ ਉਹਨੂੰ ਖੀਰ ਅਰਪਣ ਕਰ, ਦੁੱਧ ਲੈ ਕੇ ਆ, ਸੁੱਚਾ ਦੁੱਧ ਚਾਹੀਦਾ। ਕਹਿਣ ਲੱਗੇ ਆਨੀ ਲੈ ਦੁੱਧ, ਰਧਾਈ ਲੈ ਖੀਰੰ, ਠਾਕੁਰ ਕੋ ਨਵੈਦ ਕਰੂੰ, ਅਰਪਣ ਕਰਾਂ। ਅਤੇ ਕਹਿੰਦੇ ਨੇ ਪਹਿਲੇ ਦੁੱਧ ਬਟਾਰਿਓ ਬਛਰੇ, ਬੀਠਲ ਪਹਿਲਾਂ ਕਾਏ ਕਰੋ। ਫਿਰ ਕਹਿੰਦੇ ਨੇ ਇਬੇ ਬੀਠਲ, ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਥਾਣ ਥਨੰਤਰ ਨਾਮਾ ਪਰਮੈ, ਪੂਰ ਰਹੋ ਤੂੰ ਸਰਬ ਮਹੀ। ਥਾਣ ਥਨੰਤਰ ਨਾਮਾ ਪਰਮੈ, ਕਹਿੰਦੇ ਨੇ ਉਹਦੇ ਅੱਗੇ ਨਮਸਕਾਰ ਕਰਦਾ ਮੈਂ ਜਿਹੜਾ ਬਿਨਾਂ ਕਿਸੇ ਅੰਤਰ ਤੋਂ ਸਾਰਿਆਂ ਵਿੱਚ ਵਸਿਆ ਹੋਇਆ ਹੈ, ਹੁਣ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ। ਨਾਮਦੇਵ ਜੀ ਨੇ ਇਹਦਾ ਬੜਾ ਸੁੰਦਰ ਜਵਾਬ ਦਿੱਤਾ, ਬੜਾ ਸੁੰਦਰ ਜਵਾਬ ਦਿੱਤਾ। ਕਹਿਣ ਲੱਗੇ ਏਕ ਅਨੇਕ ਵਿਆਪਕ ਪੂਰਕ ਜਥ ਦੇਖੋ ਤਤ ਸੋਈ, ਪਰ ਸਾਡੀ ਹਾਲਤ ਕੀ ਬਣੀ, ਮਾਇਆ ਚਿੱਤਰ ਵਿਚਿੱਤਰ ਬੇਮੋਹਤ ਬਿਰਲਾ ਬੁੱਝੈ। ਅਸੀਂ ਉਹ ਜਿਵੇਂ ਕਿਸੇ ਚਿੱਤਰਕਾਰ ਨੇ ਚਿੱਤਰ ਬਣਾਇਆ ਹੋਵੇ ਅਤੇ ਅਸੀਂ ਚਿੱਤਰ ਨੂੰ ਵੇਖ ਕੇ ਚਿੱਤਰ ਵਿੱਚ ਮਸਤ ਹੋ ਜਾਈਏ ਅਤੇ ਇਹ ਭੁੱਲ ਜਾਈਏ ਵੀ ਬਣਾਇਆ ਕਿਸ ਨੇ, ਇਹ ਭੁੱਲ ਜਾਈਏ ਪੇਂਟਰ ਨੂੰ ਭੁੱਲ, ਅਸੀਂ ਪੇਂਟਿੰਗ ਵੇਖਦੇ ਰਹਿ ਗਏ, ਦੁਨੀਆ ਸਾਨੂੰ ਬੜੀ ਸੋਹਣੀ ਲੱਗੀ ਪਰ ਦੁਨੀਆ ਬਣਾਉਣ ਵਾਲਾ ਸਾਡੇ ਜ਼ਿਹਨ ਵਿੱਚੋਂ, ਸਾਡੀ ਯਾਦ ਵਿੱਚੋਂ ਵਿਸਰ ਹੀ ਗਿਆ। ਇਸ ਕਰਕੇ ਸਾਨੂੰ ਦੁਨੀਆ ਤਾਂ ਚੰਗੀ ਲੱਗ ਰਹੀ ਪਰ ਦੁਨੀਆ ਬਣਾਉਣ ਵਾਲਾ ਚੰਗਾ ਨਹੀਂ ਲੱਗ ਰਿਹਾ। ਅਤੇ ਕਹਿੰਦੇ ਨੇ ਮਾਇਆ ਚਿੱਤਰ ਵਿਚਿੱਤਰ ਬੇਮੋਹਤ ਬਿਰਲਾ ਬੂਝੇ ਕੋਈ। ਅਤੇ ਕਹਿੰਦੇ ਨੇ ਮੈਨੂੰ ਪੁੱਛੋ ਤਾਂ ਮੈਂ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ, ਉਹਦੇ ਤੋਂ ਬਿਨਾਂ ਤਾਂ ਹੈ ਹੀ ਕੋਈ ਨਹੀਂ, ਸਾਨੂੰ ਨਜ਼ਰ ਆ ਰਿਹਾ। ਇੱਕ ਬੜੀ ਖੂਬਸੂਰਤ ਭਾਈ ਵੀਰ ਸਿੰਘ ਜੀ ਨੇ, ਉਹਨਾਂ ਦੀ ਬੜੀ ਸੁੰਦਰ ਇੱਕ ਕਵਿਤਾ ਹੈ, ਬੜੀ ਪਿਆਰੀ, ਕਹਿ ਲੱਗੇ ਬੜੀ ਸੁੰਦਰ ਉਦਾਹਰਣ ਦਿੱਤੀ। ਰਲ ਦੋ ਚਾਤਰ ਘਰ ਘੁਮਿਆਰਾਂ, ਭਾਂਡੇ ਲੈਣ ਜੋ ਆਏ। ਪੁਰਾਣੇ ਸਮੇਂ ਵਿੱਚ ਕੱਚੇ ਭਾਂਡੇ ਘੜੇ ਆਦਿਕ ਵਰਤੇ ਜਾਂਦੇ ਸਨ ਨਾ। ਤਾਂ ਕਹਿੰਦੇ ਨੇ ਘੁਮਿਆਰ ਦੇ ਘਰ ਚਲੇ ਗਏ ਭਾਂਡੇ ਲੈਣ ਵਾਸਤੇ, ਰਲ ਦੋ ਚਾਤੁਰ ਸਿਆਣੇ, ਘਰ ਘੁਮਿਆਰਾਂ ਭਾਂਡੇ ਲੈਣ ਜੋ ਆਏ। ਟੁੱਟੇ ਪਿੱਲੇ ਕਾਲੇ ਆਖਣ, ਵੇਖਣ ਜੋ ਟੁਨਕਾਏ। ਉਹਨਾਂ ਦੇ ਉਹ ਕਮੀਆਂ ਕੱਢ ਰਹੇ ਸਨ ਅਤੇ ਕਹਿੰਦੇ ਨੇ ਭਾਂਡਿਆਂ, ਕਵੀ ਦੀ ਆਪਣੀ ਅੰਦਰ ਦੀ ਆਵਾਜ਼ ਦੇ, ਭਾਂਡੇ ਬੋਲੇ ਛਾਲਾ ਜੀਓ, ਸਾਡੇ ਐਬ ਨਾ ਫੁੱਲੋ, ਕੋਈ ਆਪ ਬਣੇ ਹਾਂ।
ਜਾਂ ਉਹ ਸਾਖੋ ਜਿਸ ਨੇ ਅਸਾਂ ਬਣਾਏ। ਕਹਿਣ ਲੱਗੇ ਉਹਨੂੰ ਪੁੱਛੋ ਨਾ, ਅਤੇ ਇਹ ਗੱਲ ਕਬੀਰ ਜੀ ਨੇ ਕਹੀ ਆ, ਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ 'ਤੇ ਸਭ ਯੁੱਗ ਪੁੱਜਿਆ, ਕੌਣ ਭਲੇ ਕੋ ਬੰਦੇ ਲੋਗਾ ਭਰਮ ਨਾ ਭੋਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਸਾਨੂੰ ਭੁਲੇਖਾ ਹੈ ਕਿ ਆ ਕਾਲਾ ਹੈ ਗੋਰਾ ਹੈ, ਦੂਜੇ ਧਰਮ ਦਾ, ਦੂਜੇ ਦੇਸ਼ ਦਾ, ਦੇਸ਼ਾਂ ਦੇ ਨਾਮ 'ਤੇ, ਧਰਮਾਂ ਦੇ ਨਾਮ 'ਤੇ ਅਸੀਂ ਰੱਬ ਨੂੰ ਵੰਡਿਆ ਹੋਇਆ ਹੈ। ਸਾਨੂੰ ਅਸੀਂ ਆਪਣੇ ਮਨਾਂ ਵਿੱਚ ਫਰਕ ਪਾਏ ਹੋਏ ਨੇ, ਪਰ ਪਰਮਾਤਮਾ ਨੇ ਨਹੀਂ ਵੰਡਿਆ, ਰੱਬ ਨੇ ਨਹੀਂ ਵੰਡਿਆ। ਅਕਾਲ ਪੁਰਖ ਵਾਹਿਗੁਰੂ ਜੀ ਨੇ, ਪਰਮੇਸ਼ਰ ਜੀ ਨੇ ਤਾਂ ਉਹ ਤਾਂ ਬਣਾ ਕੇ ਸਾਰਿਆਂ ਵਿੱਚ ਵੱਸ ਗਿਆ ਹੈ। ਅਤੇ ਜੇਕਰ ਅਸੀਂ ਰੱਬ ਨੂੰ ਮੰਨਦੇ ਹਾਂ ਫਿਰ ਆਪਣੇ ਮਨਾਂ ਵਿੱਚ ਆਤ ਮਾਰਨੀ ਪਵੇਗੀ। ਜਿੱਥੇ ਰੱਬ ਵੱਸਦਾ ਸੀ ਉੱਥੇ ਲੱਭੀਏ ਨਾ, ਅਸੀਂ ਜਿੱਥੇ ਉਹ ਰਹਿੰਦਾ ਉਹਨੂੰ ਉੱਥੇ ਛੱਡ ਕੇ। ਉਹ ਜਿਹੜੀ ਗੱਲ ਬੜੀ ਸੁੰਦਰ ਛੋਟੇ ਹੁੰਦਿਆਂ ਸਾਰਿਆਂ ਨੇ ਪੜ੍ਹੀ ਹੋਣੀ, ਮੈਂ ਵੀ ਪੜ੍ਹੀ, ਪਤਾ ਨਹੀਂ ਦੂਜੀ ਤੀਜੀ ਦੀ ਕਿਤਾਬ ਵਿੱਚ ਹੈਗੀ ਸੀ, ਵੀ ਸੂਈ ਗੁਆਚ ਗਈ ਅਤੇ ਉਹ ਸਟਰੀਟ ਲਾਈਟ ਜਲ ਰਹੀ ਸੀ ਅਤੇ ਬੰਦਾ ਸੂਈ ਲੱਭ ਰਿਹਾ ਸੀ ਉੱਥੇ, ਅਤੇ ਨਾਲ ਕੋਈ ਹੋਰ ਕੋਲੋਂ ਦੀ ਗੁਜ਼ਰਿਆ ਅਤੇ ਉਹਨੇ ਪੁੱਛਿਆ, ਬੜਾ ਪਰੇਸ਼ਾਨ ਹੋ ਰਿਹਾ, ਕਹਿੰਦਾ ਮੇਰੀ ਸੂਈ ਡਿੱਗ ਗਈ ਹੈ, ਕਹਿੰਦਾ ਮੇਰੀ ਸੂਈ ਗੁਆਚ ਗਈ ਹੈ। ਅਤੇ ਉਹ ਕਹਿੰਦਾ ਮੈਂ ਵੀ ਤੇਰੀ ਹੈਲਪ ਕਰਵਾ ਦਿੰਦਾ, ਤੇਰੀ ਮਦਦ ਕਰ ਦਿੰਦਾ। ਲਭਾਉਂਦਾ ਰਿਹਾ ਅਤੇ ਲੱਭਦੇ ਲੱਭਦੇ ਉਹਨੇ ਪੁੱਛਿਆ ਵੀ ਕਿੱਥੇ ਕੋਈ ਡਿੱਗੀ ਸੀ, ਆਪਾਂ ਉੱਥੇ ਲੱਭੀਏ, ਹੁੰਦਾ ਨਾ ਵੀ ਕਿੱਥੇ ਕੋਈ ਡਿੱਗੀ ਸੀ। ਉਹ ਕਹਿੰਦਾ ਵੀ ਘਰ ਦੇ ਵਿੱਚ, ਕਹਿੰਦਾ ਘਰ ਦੇ ਵਿੱਚ, ਕਹਿੰਦਾ ਫਿਰ ਉੱਥੇ ਕਿਉਂ, ਕਹਿੰਦਾ ਉੱਥੇ ਲਾਈਟ ਨਹੀਂ ਹੈ, ਚਾਨਣ ਇੱਥੇ ਹੋ ਰਿਹਾ। ਅਤੇ ਉਹਦਾ ਜਿਹੜਾ ਸੀ ਵੀ ਉਹ ਜਿਹੜਾ ਮੂਰਖ ਹੈ ਉਹ ਇੱਦਾਂ ਹੀ ਕਰਦਾ ਹੁੰਦਾ। ਅਤੇ ਬੜੀ ਵੱਡੀ ਉਦੋਂ ਤਾਂ ਨਹੀਂ ਸੀ ਲੱਗਦੀ, ਹੁਣ ਸਮਝ ਆਈ ਵੀ ਸਾਡੀ ਹਾਲਤ ਇਹੀ ਹੈ, ਪਰਮਾਤਮਾ ਕਿਤੇ ਹੋਰ ਸੀ, ਲੱਭ ਕਿਤੇ ਹੋਰ ਥਾਂ 'ਤੇ ਰਹੇ ਹਾਂ। ਅਸੀਂ ਦਿਲਾਂ ਵਿੱਚ ਰੱਬ ਨਹੀਂ ਵੇਖਦੇ ਪਏ। ਜਿਹੜੀ ਗੱਲ ਕੱਲ੍ਹ ਕੀਤੀ ਸੀ ਸਰ ਨੇ, ਡਾਕਟਰ ਜਸਪਾਲ ਸਿੰਘ ਹੋਰਾਂ ਨੇ, ਵੀ ਦਿਲ ਅਗਰ ਦਾਨਾ ਬਵੱਧ, ਤੇਰੇ ਅੰਦਰ ਦਿਲ ਦੇ ਵਿੱਚ ਉਹ ਸਿਆਣਪ ਆ ਜਾਏ ਅਤੇ ਹਰ ਤਰਫ ਦੀਦਾਰ ਅਸਤ, ਭਾਈ ਨੰਦ ਲਾਲ ਜੀ ਨੇ ਕਿਹਾ, ਹਰ ਪਾਸੇ ਤੈਨੂੰ ਉਹ ਪਰਮਾਤਮਾ, ਉਹ ਪਿਆਰਾ ਤੈਨੂੰ ਨਜ਼ਰ ਆਏਗਾ, ਹਰ ਥਾਂ 'ਤੇ ਤੈਨੂੰ ਉਹ ਦਿਸੇਗਾ। ਫਿਰ ਆਖੇਗਾ ਜਤਰ ਜਾਊਂ ਤਤਰ ਬੀਠਲ ਪਹਿਲਾ, ਮਹਾਂਆਨੰਦ ਕਰੇ ਸਦ ਕੇਲਾ। ਸਾਰੀਆਂ ਥਾਵਾਂ 'ਤੇ ਉਹ ਪੁਰਖ ਵਿਆਪਕ ਹੈ। ਇੱਕੋ ਗੱਲ ਕਰਾਂ ਜਿਹੜੀ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਸਮਝਾਈ, ਕਹਿਣ ਲੱਗੇ ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਸਰ ਹੁਣੇ ਗੱਲ ਕਰ ਰਹੇ ਸਨ, ਜੋਗੀਆਂ ਨੇ ਕਿਹਾ ਵਿਸ਼ ਹੈ, ਇਹ ਜ਼ਹਿਰ ਹੈ, ਸੰਸਾਰ ਹੈ, ਮਾਇਆ ਜ਼ਹਿਰ ਹੈ। ਸਤਿਗੁਰੂ ਕਹਿੰਦੇ ਨੇ ਜ਼ਹਿਰ ਨਹੀਂ, ਤੂੰ ਵਰਤੋਂ ਕਿਵੇਂ ਕਰਦਾ ਹੈ, ਕਿਉਂਕਿ ਜਿਹੜੀ ਜਿਹਨੂੰ ਤੂੰ ਮਿੱਠਾ ਸਮਝੀ ਬੈਠਾ ਨਾ ਗੱਲ 'ਤੇ, ਵੀ ਜੇ ਆਪਾਂ ਸਹੀ ਪਦਾਰਥ ਕੋਈ ਵੀ ਹੋਵੇ, ਮੰਨ ਲਓ ਮਿੱਠਾ ਹੈ, ਸ਼ੂਗਰ ਹੈ, ਜੇ ਇਹਦੀ ਵੀ ਵਰਤੋਂ ਗਲਤ ਕਰਾਂਗੇ ਤਾਂ ਇਹ ਵੀ ਸ਼ੂਗਰ ਜਦੋਂ ਹੋ ਜਾਏਗੀ ਤਾਂ ਇਹ ਵੀ ਜ਼ਹਿਰ ਬਣ ਜਾਏਗੀ, ਡਾਇਬਟੀਜ਼ ਬਣ ਕੇ, ਵਰਤੋਂ 'ਤੇ ਡਿਪੈਂਡ ਹੈ। ਗੁਰੂ ਕਹਿੰਦਾ ਨਹੀਂ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਜ਼ਹਿਰ ਨਹੀਂ ਹਰੀ ਦਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਗੱਲ ਕਦੋਂ ਬਣੇਗੀ, ਗੁਰਪ੍ਰਸਾਦੀ ਬੁੱਝਿਆ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਤੂੰ ਸਮਝੇਗਾ, ਜਦੋਂ ਸਮਝ ਲਿਆ ਤਾਂ ਕਹਿੰਦੇ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੀ, ਇਹ ਪਹਿਲਾਂ ਅੰਨੇ ਸੀ, ਪਰ ਜਦੋਂ ਗਿਆਨ ਮਿਲਿਆ ਨਾ, ਜਦੋਂ ਗੁਰੂ ਕੋਲੋਂ, ਕਹਿਣ ਲੱਗੇ ਕਹੇ ਨਾਨਕ ਇਹ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟੀ ਤੋਂ ਭਾਵ ਦੇਖਣ ਦਾ ਢੰਗ ਤਰੀਕਾ ਬਦਲ ਗਿਆ, ਨਜ਼ਰੀਆ ਬਦਲ ਗਿਆ, ਹੁਣ ਮੈਨੂੰ ਆਪਣੇ ਖਿਆਲਾਂ ਵਿੱਚ ਬਣਾਇਆ ਰੱਬ ਨਜ਼ਰ ਨਹੀਂ ਆ ਰਿਹਾ। ਜਦੋਂ ਆਪਣੇ ਖਿਆਲਾਂ ਵਿੱਚ ਬਣਾਵਾਂਗੇ ਤਾਂ ਫਿਰ ਆਪਣੇ ਵਰਗਾ ਹੀ ਰੱਬ ਵੇਖਾਂਗੇ, ਵੀ ਇਹੋ ਜਿਹਾ ਰੱਬ ਹੁੰਦਾ। ਉਹ ਜਿਸ ਧਰਮ ਦੇ ਵਿੱਚੋਂ ਕੋਈ ਆਇਆ ਹੋਵੇਗਾ ਉਹਨੇ ਆਪਣੇ ਵਰਗਾ ਰੱਬ ਚੁਣਨਾ, ਵੀ ਜਿਹੋ ਜਿਹਾ ਮੈਂ ਹਾਂ ਰੱਬ ਉਹੋ ਜਿਹਾ ਹੀ ਹੋਵੇਗਾ ਆਪਣੇ। ਅਤੇ ਕਹਿੰਦੇ ਨੇ ਜਦੋਂ ਗੁਰੂ ਦੇ ਖਿਆਲਾਂ ਦੇ ਨਾਲ, ਗੁਰੂ ਦੇ ਨਜ਼ਰੀਏ ਅਤੇ ਗੁਰੂ ਦੇ ਐਂਗਲ ਤੋਂ ਪਰਮਾਤਮਾ ਨੂੰ ਵੇਖਿਆ, ਉਹਨਾਂ ਦੇ ਵਿਊ ਲੈ ਕੇ ਜਦੋਂ ਪਰਮਾਤਮਾ ਨੂੰ ਵੇਖਿਆ ਤਾਂ ਕਹਿਣ ਲੱਗੇ ਫਿਰ ਕਹਿ ਨਾਨਕ ਨਿਤਰੰਦ ਸੇ, ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ। ਆ ਦਿਵ ਦ੍ਰਿਸ਼ਟੀ ਜਿਹੜੀ ਹੈ ਇਹ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ ਉਹ ਤੇ ਜ਼ਰੇ ਜ਼ਰੇ ਵਿੱਚ ਹੈ, ਸਰਬ ਵਿਆਪਕ ਹੈ, ਇਸ ਕਰਕੇ ਤੇਰਾ ਜਿਹੜਾ ਨਜ਼ਰੀਆ ਹੈ ਉਹ ਵੀ ਇਹੋ ਜਿਹਾ ਬਣ ਜਾਵੇ ਵੀ ਤੂੰ ਵੀ ਹਰ ਥਾਂ 'ਤੇ ਹਰ ਜਗ੍ਹਾ 'ਤੇ ਪਰਮਾਤਮਾ ਨੂੰ ਵੇਖ ਲਵੇਂ। ਕਿਸੇ ਨੇ ਬੜਾ ਸੁੰਦਰ ਲਿਖਿਆ, ਮਜ਼ਹਬ ਦੌਲਤ ਜਾਤ ਘਰਾਨਾ ਸਰਹੱਦ ਗੈਰਤ ਖੁਦਦਾਰੀ ਮੁਹੱਬਤ ਕੀ ਚਾਦਰ ਕੋ ਕਿਤਨੇ ਚੂਹੇ ਕੁਤਰ ਗਏ। ਸੱਚ ਹੈ, ਸਾਡੇ ਅੰਦਰੋਂ ਆ ਸਾਰਾ ਕੁਛ ਇਹਨਾਂ ਚੀਜ਼ਾਂ ਨੇ ਸਾਨੂੰ ਰੱਬ ਤੋਂ ਦੂਰ ਕੀਤਾ ਹੋਇਆ ਹੈ। ਕਹਿਣ ਲੱਗੇ ਜਦੋਂ ਸਾਡੇ ਅੰਦਰ ਪਰਮਾਤਮਾ ਦੀ ਉਹ ਇਸ਼ਕ ਹੋਵੇਗਾ, ਮੁਹੱਬਤ ਹੋਵੇਗੀ, ਪਿਆਰ ਹੋਵੇਗਾ, ਫਿਰ ਸਾਰਿਆਂ ਵਿੱਚ ਇੱਕੋ ਪਰਮਾਤਮਾ ਨਜ਼ਰ ਆਏਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨਵਾਦ ਚੇਅਰਮੈਨ ਸਾਹਿਬ ਦਾ, ਜਿਨ੍ਹਾਂ ਨੇ ਆਪ ਜੀ ਦੇ
इस सैशन दे विच दर्शन करन दा समा दिता। सारयां दा धन्नवाद। वाहिगुरू जी का खालसा, वाहिगुरू जी की फतेह।